ਮਾ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਇਹੋ ਜੇ ਗੀਤਾਂ ਨੂੰ ਗਾਉਣਾ ਇਹ ਹਾਰੀ ਸਾਰੀ ਦੇ ਵਸਤੇ ਗੱਲ ਵੀ ਨਹੀਂ ਤੇ ਹਾਰੀ ਸਾਰੀ ਨੂੰ ਗਾਉਣੇ ਵੀ ਨਹੀਂ ਚਾਹੀਦੇ ਇਹ ਤਾਂ ਮੋੜ ਤੇ ਰੱਖ ਕੇ ਗੰਨ ਤੇ ਕਵੇ ਮਗਧਾਰੀ ਵੇ ਸੂਰਜਾ ਮੈਂ ਐਂ ਮਗਾਉਂਗਾ ਮੈਨੂੰ ਇਹ ਲੱਗਦਾ ਵੀ ਗੀਤਕਾਰੀ ਦੇ ਵਿੱਚ ਜਾਂ ਗਾਇਕੀ ਚ ਕੀ ਕਹਦੇ ਆਂ ਵੀ ਹੰਕਾਰ ਆ ਹੂੰ ਇੱਥੇ ਅੱਜ ਆਪ ਬਣਾਵੇ ਮੇਰੇ ਕੋਲੇ ਫਲਾਣੀ ਗੱਡੀ ਐ ਫਲਾਣਾ ਜੱਟਾ ਸਲਾ ਆ ਰੱਖਦਾ ਤੁਸੀਂ ਆਪ ਦੇ ਆਪ ਨੂੰ ਕਹਿੰਦੇ ਮੈਂ ਬਹੁਤ ਘੈਂਟ ਆ ਮੈਂ ਕਿੰਨਾ ਕਿ ਜਰ ਸੁਣ ਲਊਗਾ ਜਦੋਂ 50 ਰੁਪਏ ਵੀ ਨਹੀਂ ਸੀ ਹੁੰਦੇ ਜਦੋਂ ਤੁਰ ਕੇ ਕਿਤੇ ਜਾਣਾ ਬੱਸਾਂ ਦੇ ਵਿੱਚ ਜਾਣਾ ਇਹ ਕਾਜਾ ਵੇਲੇ ਹੈ ਕਿ ਜਿਹੜੀ ਚੀਜ਼ ਚਾਹਨੇ ਹੋ ਪਰਮਾਤਮਾ ਦੀ ਕਿਰਪਾ ਨਾਲ ਉਹ ਲੈ ਸਕਦੇ ਹੋ ਹੈਨਾ ਅਸਲ ਦੇ ਵਿੱਚ ਜ਼ਿੰਦਗੀ ਜਿਉਣ ਦਾ ਮਜ਼ਾ ਕਿਹੜੇ ਵੇਲੇ ਦੇ ਵਿੱਚ ਦੇਖੋ ਸਵਾਦ ਉਦੋਂ ਚਾਹੇ ਪੈਸੇ ਨਹੀਂ ਸੀ ਪਰ ਸਵਾਦ ਵੱਧ ਸੀ ਹਮ ਅੱਜ ਉਹਨਾਂ ਚਾਹ ਨਹੀਂ ਚੜਦਾ ਕਿਸੇ ਵੀ ਚੀਜ਼ ਦਾ ਵਾਹ ਦਿਖਾਵੇ ਦੀ ਦੁਨੀਆ ਬਹੁਤ ਜ਼ਿਆਦਾ ਹੈਨਾ ਵੀ ਦਿਖਾਵਾ ਕਿ ਮੈਨੂੰ ਨਹੀਂ ਲੱਗਦਾ ਵੀ ਤੁਹਾਡਾ ਕੰਮ ਬੋਲਣਾ ਚਾਹੀਦਾ ਸਦੀਕ ਸਾਹਿਬ ਨੂੰ ਕਿਸੇ ਨੇ ਕਿਹਾ ਵੀ ਸਦੀਕ ਸਾਹਿਬ ਆ ਨਵੇਂ ਮੁੰਡੇ ਯਾਰ ਕਿਸੇ ਕੋਲੇ ਪਜਾਰੋ ਗੱਦੀ ਹੈ ਕੋਈ ਬ ਪ੍ਰਾਡੋ ਤੇ ਜਾਂਦਾ ਕੋਈ ਮਰਸਡੀਜ਼ ਤੇ ਜਾਂਦਾ ਪ੍ਰੋਗਰਾਮਾਂ ਤੇ ਤੁਸੀਂ ਉਹੀ ਕੋਲਜ ਤੇ ਜਾਂਦੇ ਹੋ ਪੁਰਾਣੀ ਤੇ ਹਨਾ ਤੁਸੀਂ ਵੱਡੀ ਗੱਡੀ ਲੈ ਕੇ ਜਾਇਓ ਕਹਦੇ ਮੈਂ ਉਹਨਾਂ ਦੀ ਆਵਾਜ਼ ਹੀ ਦੱਸ ਮੈਂ ਗਿਆ ਸੀ ਇੱਕ ਦਿਨ ਪ੍ਰੋਗਰਾਮ ਤੇ ਅਜੀਬੇ ਗੱਡੀ ਲੈ ਕੇ ਆਸ ਕਹਿੰਦੇ ਫਿਰ ਉਸ ਦਿਨ ਵੀ ਮੈਨੂੰ ਗੋਣਾ ਪਿਆ ਕਰ ਕੁਝ ਬੰਦਿਆਂ ਨੇ ਇਹ ਵੀ ਕਿਹਾ ਵੀ ਯਾਰ ਹੁਣ ਤਾਂ ਚੱਲੇ ਹੋਏ ਕਾਰ ਤੋਂ ਇਹ ਸਭ ਤੋਂ ਵੱਡਾ ਮਿਹਣਾ ਲੱਗਿਆ ਮੈਨੂੰ ਪਰ ਮੇਰੀ ਜਿੱਦ ਸੀ ਜਿਹਨੂੰ ਮੈਂ ਨਾ ਕਰਾਂ ਕੋਈ ਕੁਝ ਵੀ ਇਹ ਪਿੱਛੇ ਨਹੀਂ ਹਟਣਾ ਮੈਂ ਪਿੱਛੇ ਰਿਹਾ ਹੋਇਆ ਜ਼ਰੂਰ ਹਾਂ पर मैं खत्म नहीं हाजिर है जज का विचार ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਅਰ ਸ਼ਾ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਆ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਲਗਾਤਾਰ ਤੁਹਾਨੂੰ ਬਰਕਰਾਰ ਰੱਖਦੇ ਹੋਏ ਸਾਡੇ ਦੋਵਾਂ ਦੇ ਨਾਲ ਅੱਜ ਫਿਰ ਤੋਂ ਮੌਜੂਦ ਨੇ ਕਰਮਜੀਤਨ ਮੋਲ ਜੀ ਸੋ ਇੱਕ ਵਾਰ ਬਹੁਤ ਤੁਹਾਡਾ ਸਵਾਗਤ ਹੈ ਜੀ ਫਿਰ ਤੋਂ ਅਸੀਂ ਆ ਗਏ ਆ ਤੇ ਹੁਣ ਜਿਹੜੀਆਂ ਰਹਿ ਗਈਆਂ ਸੀ ਗੱਲਾਂ ਪਿਛਲੀ ਕਿਸ਼ਤ ਦੇ ਵਿੱਚ ਟਾਣਾ ਸਾਹਿਬ ਉਹ ਸਾਰੀਆਂ ਪੂਰੀਆਂ ਕਰ ਲਓ ਆ ਗਏ ਆ ਤਾਂ ਇਦਾਂ ਕਿਹਾ ਵੀ ਜਿਵੇਂ ਘਟੋ ਘਟ 25 30 ਕਿਲੋਮੀਟਰ ਉੱਤੇ ਜਾ ਕੇ ਆਏ ਹੋ ਇੱਥੇ ਬੈਠੇ ਸੀ ਕਿੰਨੇ ਘੰਟਿਆਂ ਬਾਅਦ ਆਏ ਆ ਹਨਾ ਕਹਿਆ ਵੀ ਆ ਗਏ ਆ ਦੇਖੋ ਅੱਜ ਕੱਲ ਮੈਨੂੰ ਹਸਾਬ ਆ ਗਿਆ ਵੀ ਕੋਈ ਵੀ ਕਿਵੇਂ ਵੀ ਨੁਕਸ ਕੱਢ ਸਕਦਾ ਵੀ ਮੈਂ ਗੱਲ ਨੂੰ ਪਹਿਲਾਂ ਹੀ ਦੱਸ ਦਿਆਂ ਵੀ ਅਸੀਂ ਇੱਥੇ ਹੀ ਸੀ ਜਿੱਦੇ ਤਾਂ ਕਈ ਵਾਰੀ ਸਾਥੀ ਕਹਿ ਦਿੰਦੇ ਆ ਉਹੀ ਝੱਗੇ ਉਹੀ ਸੋਫੇ ਲੈ ਨਵੀਂ ਕਿਸਤ ਗੱਲ ਲਾ ਕੋਈ ਜੀ ਸੋ ਆਪਾਂ ਗੱਲਾਂ ਬਾਤਾਂ ਅੱਗੇ ਵਧਾਈਆਂ ਹੁਣ ਨਾ ਮੈਂ ਤੁਹਾਨੂੰ ਆਉਂਦੇ ਹੀ ਕਹਤਾ ਸੀ ਕਿ ਸਭ ਕੁਝ ਅੱਜ ਮੇਲਾ ਪ੍ਰਬੰਧਕ ਮੈਂ ਹੀ ਹਾਂ ਬਿਲਕੁਲ ਸਹੀ ਠੀਕ ਭਾਈ ਜੀ ਇਹ ਦੱਸੋ ਵੀ ਤੁਸੀਂ ਫਿਲਮਾਂ ਤਾਂ ਕਰ ਲਿਆ 90 ਤੋਂ ਉੱਤੇ ਜੀ ਬਹੁਤ ਚੰਗੀ ਗੱਲ ਆ ਪਰ ਕਿਸੇ ਵੀ ਖੇਤਰ ਦੇ ਵਿੱਚ ਵਿਚਰਦੇ ਆ ਮਿੱਠੇ ਸਲੂਨੇ ਤਜਰਬੇ ਹੁੰਦੇ ਆ ਕੋਈ ਪੈਸੇ ਮਾਰ ਜਾਂਦਾ ਕੋਈ ਖੁਸ਼ ਹੋ ਕੇ ਸ਼ਹਿਦ ਵੱਧ ਵੀ ਦੇ ਜਾਂਦਾ ਹੋਵੇ ਇਦਾਂ ਹੁੰਦਾ ਘਟਾ ਪਰ ਕਈ ਵਾਰੀ ਤਜਰਬਾ ਹੋਇਆ ਇਹੋ ਜਿਹਾ ਵੀ ਭਾਈ ਪੈਸੇ ਮਰ ਵੀ ਗਏ ਭਈ ਭਾਈ ਅਸੀਂ ਤੇਰੇ ਨਾਲ ਖੜੇ ਆ ਭਰਾ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਬਾਈ ਜੀ ਹੱਕ ਦਾ ਵਾੜਾਂ ਤੂੰ ਆ ਗੱਲਾਂ ਗੁੱਲਾਂ ਹੋਈਆਂ ਹੁਣ ਬਾਅਦ ਵਿੱਚ ਛੂ ਇੱਕ ਦੋ ਬੰਦੇ ਹੈਗੇ ਆ ਹਾਲਾਂਕਿ ਆ ਹੁਣੇ ਪਿਛਲੇ ਸਾਲ ਹੀ ਇਹ ਤਜਰਬਾ ਹੋਇਆ ਨਹੀਂ ਐਨੇ ਉਹਦੇ ਵਿੱਚ ਮੇਰੇ ਕਦੇ ਕਿਸੇ ਨੇ ਪੈਸੇ ਦੱਬੇ ਨਹੀਂ ਔਰ ਮੈਂ ਮੈਨੂੰ ਪਤਾ ਕੀ ਹੁੰਦਾ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਜੇ ਕਈ ਵਾਰੀ ਸੈੱਟ ਤੇ ਵੀ ਆ ਜਾਂਦੀਆਂ ਕਈ ਪ੍ਰਸਥਿਤੀਆਂ ਆ ਜਾਂਦੀਆਂ ਨੇ ਕਿ ਸ਼ੂਟਿੰਗ ਬੰਦ ਹੋ ਜਾਂਦੀ ਹੈ ਪਰ ਮੈਂ ਕਦੇ ਇਸ ਹੱਕ ਚ ਨਹੀਂ ਹੋਇਆ ਵੀ ਮੈਂ ਤੁਹਾਡੀ ਨਾ ਡਬਿੰਗ ਰੋਕਾਂ ਨਾ ਸ਼ੂਟਿੰਗ ਰੋਕਾਂ ਵੀ ਆ ਕਰਨ ਪਰ ਮੈਂ ਪੈਸੇ ਪੂਰੇ ਲੈਣੇ ਆਉਦੇ ਹੈ ਹੈਨਾ ਕਈ ਬੰਦਿਆਂ ਨੇ ਇਹਦਾ ਨਜਾਇਜ਼ ਫਾਇਦਾ ਉਠਾਇਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਇੱਕ ਦੋ ਫਿਲਮਾਂ ਨੇ ਪਰ ਜ਼ਿਆਦਾ ਨਹੀਂ ਨਹੀਂ ਬਹੁਤ 1 2% ਹੀ ਹੈ ਜਿਹੜਾ ਨੇ ਉਹਨਾਂ ਨੇ ਸ਼ਾਇਦ ਮੁੜ ਕੇ ਫਿਲਮਾਂ ਨਹੀਂ ਬਣਾਉਣੀਆਂ ਅੱਛਾ ਉਹ ਜਿਹੜੇ ਬੰਦੇ ਆ ਤੇ ਉਹ ਫਿਲਮਾਂ ਲੱਗੀਆਂ ਕਿ ਲਗਣੀਆਂ ਜੀ ਇੱਕ ਲੱਗੀ ਵੀ ਐ ਤੇ ਕੁਝ ਲੱਗਣ ਵਾਲੀਆਂ ਵੀ ਨੇ ਬਟ ਜ਼ਿਆਦਾਤਰ ਇਹ ਹੁੰਦੇ ਕੁਝ ਬੰਦੇ ਹੈਗੇ ਵੀ ਜਿਹ ਤੋਂ ਮਤਲਬ ਪੈਸੇ ਨਹੀਂ ਆਏ ਪਰ ਉਹ ਆਉਣਗੇ ਵੀ ਕੋਈ ਟੈਨਸ਼ਨ ਨਹੀਂ ਉਹਨਾਂ ਦੇ ਤੇ ਪਰ ਬੜਾ ਜਿਆਦਾ ਮਾੜਾ ਤਜਰਬਾ ਨਹੀਂ ਰਿਹਾ ਉਹ ਕੁਝ ਕਵੀ ਕਣਕੇ ਦੇ ਵਿੱਚ ਕਾਂਗਿਆਰੀ ਵੀ ਤਾਂ ਹੁੰਦੀ ਹੈ ਹਾਂ ਕੁਦਰਤੀ ਹੈ ਕੁਦਰਤੀ ਹੈ ਇਹ ਤਾਂ ਗੁਰੀ ਡੰਡਾ ਹਾਂ ਗੁਰੀ ਡੰਡਾ ਬਿਲਕੁਲ ਪਰ ਜਿਆਦਾਤਰ ਲੋਕ ਮੈਨੂੰ ਵਧੀਆ ਹੀ ਮਿਲੇ ਨੇ ਕਿਸੇ ਨੇ ਕੋਈ ਐਦਾ ਮੇਰੇ ਨਾਲ ਜੀ ਬਈ ਜਦੋਂ ਅਸੀਂ ਫਿਲਮੀ ਖੇਤਰ ਦੇ ਵਿੱਚ ਵਿਚਰਦੇ ਆ ਅਸੀਂ ਨਹੀਂ ਸੱਚ ਤੁਸੀਂ ਵਿਚਰਦੇ ਆ ਪਰ ਤੁਸੀਂ ਵੀ ਵਿਚਰਦੇ ਹੋ ਹਾਂ ਗੱਲ ਇਹ ਆ ਵੀ ਉਦੋਂ ਨਾ ਪ੍ਰੋਡਿਊਸਰ ਦੇ ਪੈਸੇ ਲੱਗਦੇ ਹੁੰਦੇ ਜਿਹਦੀ ਜੇਬ ਦੇ ਵਿੱਚੋਂ ਜਾਣੀ ਆ ਕਈ ਕਲਾਕਾਰ ਤੁਹਾਡੇ ਸਾਹਮਣੇ ਸਟਾਈਲ ਜਾ ਵੀ ਮਾਰਦੇ ਹੋਣੇ ਕਿਉਂਕਿ ਤੁਸੀਂ ਤਾਂ ਹੁਣ ਮੰਝੇ ਹੋਏ ਆ ਤੁਹਾਨੂੰ ਇਹਨਾਂ ਲੰਮਾ ਸਮਾਂ ਹੋ ਗਿਆ ਵਿਚਰਦਿਆਂ ਤੁਹਾਨੂੰ ਪਤਾ ਵੀ ਯਾਰ ਆਪ ਵੀ ਪ੍ਰੋਡਿਊਸਰ ਆ ਪੈਸੇ ਕਿਵੇਂ ਲੱਗਦੇ ਆ ਪਰ ਮੇਰੇ ਵਰਗੇ ਜਿਹਨੇ ਕਦੇ ਖੀਰਾ ਨਹੀਂ ਖਾਦਾ ਹੁੰਦਾ ਉਹ ਕਰ ਮਟੀਰਾ ਲੈ ਕੇ ਆ ਬਈ ਇਦਾਂ ਵੀ ਵਿਖਦੇ ਨਖਰਾ ਜਾ ਹੁੰਦਾ ਹੁੰਦਾ ਬਥੇਰੇ ਨਖਰੇ ਪਰ ਮੇਰਾ ਤੁਸੀਂ ਇੰਡਸਟਰੀ ਦੇ ਵਿੱਚ ਪੁੱਛੋਗੇ ਮੇਰੇ ਕੋਲੇ ਤਾਂ ਆਪਦੇ ਕੋਲੇ ਦੋ ਬੈਗ ਭਰੇ ਹੁੰਦੇ ਆ ਹਾਂ ਤੇ ਉਹਦੇ ਚ ਸਾਰਾ ਕੁਝ ਘਰ ਦਾ ਖਾਣਾ ਜਦੋਂ ਮੈਂ ਘਰੋਂ ਆਣਾ ਤਾ ਮੈਨੂੰ ਘਰ ਦੇ ਪੂਰਾ ਮਤਲਬ ਇੱਕ ਹਫਤੇ ਦਾ ਰਾਸ਼ਨ ਦੇ ਕੇ ਭੇਜਦੇ ਨੇ ਵੀ ਕਿਤੇ ਫਰੂਟ ਵੀ ਮੈਨੂੰ ਲੋੜ ਨਾ ਪਵੇ ਮੰਗਣ ਦੀ ਤੇ ਜਦੋਂ ਨਹੀਂ ਹੋ ਜਾਂਦਾ ਫੇਰ ਮੈਂ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਆਹ ਰਿਕੁਆਇਰਮੈਂਟਸ ਨਹੀਂ ਮੇਰੀਆਂ ਉਹ ਵੀ ਜ਼ਿਆਦਾ ਨਹੀਂ ਹੁੰਦੀਆਂ ਜ਼ਿਆਦਾਤਰ ਕਈ ਵਾਰੀ ਤਾਂ ਐ ਵੀ ਹੋਇਆ ਵੀ ਕਈ ਵਾਰੀ ਸ਼ੂਟ ਤੋਂ ਖਾਣਾ ਖਤਮ ਹੋ ਜਾਂਦਾ ਇੱਕ ਦੋ ਬੰਦੇ ਰਹਿ ਜਾਂਦੇ ਪੁੱਛ ਲੈਂਦੇ ਕਾਰਨ ਜੀ ਤੈਨੂੰ ਪੁੱਛ ਲਓ ਉਹਦੇ ਵਾਲਾ ਪਿਆ ਹੋਣਾ ਉਹਦੇ ਕੋਲੇ ਤੇ ਮੈਂ ਕਦੇ ਨਖਰਾ ਨਹੀਂ ਦਿਖਾਇਆ ਕਿਉਂਕਿ ਬਹੁਤ ਰੱਬ ਨੇ ਬਹੁਤ ਕੁਝ ਦਿੱਤਾ ਜੇ ਅੱਜ ਵੀ ਅਸੀਂ ਖਾਣੇ ਪਿੱਛੇ ਲੜੀ ਜਾਈਏ ਉੱਥੇ ਤਾਂ ਮੇਰਾ ਖਿਆਲ ਵੀ ਚੰਗੀ ਗੱਲ ਨਹੀਂ ਔਰ ਪ੍ਰੋਡਿਊਸਰ ਦਾ ਵੀ ਟਾਈਮ ਵੀ ਪ੍ਰਬੰਧਨ ਦੇ ਜੇ ਤੁਸੀਂ 1 ਘੰਟਾ ਵੀ ਬਰਬਾਦ ਕਰਤਾ ਨਾ 1 ਘੰਟਾ ਉਹ ਸਮਝ ਲਓ ਵੀ 50000 ਚ ਪੈਂਦਾ ਪ੍ਰੋਡਿਊਸਰ ਨੂੰ ਤੇ ਉਹ ਤੁਸੀਂ ਸਿਰਫ ਆਪਣੇ ਹੁਣ ਜਿਵੇਂ ਆਪਾਂ ਘਰੇ ਆ ਘਰੇ ਵੀ ਤਾਂ ਲੇਟ ਫੇਟ ਹੋ ਹੀ ਜਾਂਦਾ ਬਹੁਤ ਕੁਝ ਹੋ ਜਾਂਦਾ ਤੁਹਾਨੂੰ ਮੈਨੇਜ ਕਰਨਾ ਚਾਹੀਦਾ ਵੀ ਇਹ ਬਾਕੀ ਇਹ ਵੀ ਮੈਂ ਕਦੇ ਪ੍ਰੋਡਿਊਸਰ ਨੂੰ ਤੰਗ ਨਹੀਂ ਕੀਤਾ ਜਿਹਦੇ ਨਾਲ ਵੀ ਤੁਸੀਂ ਮੈਂ 90 ਤੋਂ ਉੱਪਰ ਫਿਲਮਾਂ ਕਰ ਲੀਆਂ ਹੋਣਗੀਆਂ ਜਿਦੇ ਚੋ 80 ਦੇ ਨੇੜੇ ਤਾਂ ਆ ਚੁੱਕੀਆਂ ਨੇ ਤੇ ਤੁਸੀਂ ਜਿੱਦੋਂ ਮਰਜ਼ੀ ਪੁੱਛ ਲਓ ਵੀ ਮੈਂ ਮੇਰੀ ਕਦੇ ਕੋਈ ਬਿਗ ਰਿਕੁਆਇਰਮੈਂਟ ਹੋਵੇ ਜਾਂ ਕੁਝ ਵੀ ਹੋਵੇ ਤੇ ਮੈਂ ਕਦੇ ਨਹੀਂ ਕਿਸੇ ਨੂੰ ਤੰਗ ਜੀ ਪਰ ਅੱਜਕੱਲ ਜਦੋਂ ਨਵੀਂ ਪੀੜੀ ਵੀ ਨਾਲ ਜੁੜਦੀ ਜਾਂਦੀ ਹੈ ਜਦੋਂ ਨਵੇਂ-ਨਵੇਂ ਲੋਕਾਂ ਦੇ ਨਾਲ ਮੇਲ-ਮਲਾਪ ਹੁੰਦਾ ਹੈ ਤਾਂ ਕੀ ਮੰਨਦੇ ਹੋ ਜਿਹੜੇ ਪਹਿਲਾਂ ਸੀ ਜਿਹੜੇ ਤੁਹਾਡੇ ਪੂਰ ਦੇ ਨੇ ਜਾਂ ਤੁਹਾਡੇ ਤੋਂ ਪਹਿਲਾਂ ਵਾਲੇ ਨੇ ਉਹ ਜ਼ਿਆਦਾ ਵਧੀਆ ਲੋਕ ਰਹੇ ਨਹੀਂ ਜਾਂ ਜਿਹੜੇ ਅੱਜਕੱਲ ਆ ਰਹੇ ਨੇ ਜਿਹੜੇ ਥੋੜਾ ਜਿਹਾ ਨਖਰੇ ਵਾਲੇ ਨੇ ਥੋੜਾ ਜਿਹਾ ਆਪਣੀ ਦੁਨੀਆ 'ਚ ਰਹਿਣ ਵਾਲੇ ਨੇ ਥੋੜਾ ਜਿਹਾ ਵਟਸਐਪ ਤੋਂ ਬਾਹਰ ਹੀ ਨਹੀਂ ਨਿਕਲਦੇ ਸੈਟ ਤੇ ਵੀ ਮੋਬਾਈਲਾਂ 'ਚ ਮਾਹੌਲ ਜਣਾ ਕਰਦੇ ਪਾਵਨ ਨੇ ਰੇ ਚ ਐਨਕ ਲੱਖ ਰੱਖਣ ਵਾਲੇ ਲੋਕ ਨਹੀਂ ਕਰ ਮੇਰੇ ਕੋਲ ਤਾਂ ਜੇ ਕੋਈ ਆਵੇ ਨਾ ਕਹੇ ਵੀ ਆਪਾਂ ਇੰਟਰਵਿਊ ਕਰਨੀ ਆ ਉਹ ਨਾ ਪਤਾ ਨਹੀਂ ਕਿਉਂ ਐਂ ਜੇ ਕਰਕੇ ਵਟਸਐਪ ਜਾ ਦੇਖੀ ਜਾਣਗੇ ਮੂਰੇ ਹਾਂ ਬਾਈ ਕੋਈ ਗੱਲ ਨਹੀਂ ਨੋ ਨੋ ਦਾ ਮਿੱਠਾ ਕਟ ਰਿਹਾ ਮੈਂ ਕਹਿੰਦਾ ਭਾਈ ਤੂੰ ਪਹਿਲਾਂ ਆਹ ਨਿਬੜੇ ਆਉਂਦਾ ਆਪਾਂ ਫਿਰ ਨਿਬੜ ਲੈਂਦੇ ਨਾਲੇ ਐਸਾ ਕੰਮ ਕਰੋ ਅੱਖ ਚ ਅੱਖ ਪਾ ਲਈਏ ਦੇਖੋ ਐਨਕ ਤਾਂ ਨਹੀਂ ਹਾਂ ਦੇਖੋ ਇੱਕ ਗੱਲ ਜਿਹੜੇ ਸਾਡੇ ਜੋ ਵੱਡੇ ਹੁੰਦੇ ਉਹ ਵੱਡੇ ਹੀ ਹੁੰਦੇ ਬਿਲਕੁਲ ਕਿਉਂਕਿ ਉਹਨਾਂ ਦਾ ਤਜਰਬਾ ਹੁੰਦਾ ਤੋ ਤਜਰਬੇ ਚੋਂ ਸਿੱਖਿਆ ਮੈਂ ਕਹਿੰਦਾ ਵੀ ਉਹਦੇ ਵਰਗਾ ਖੁਸ਼ ਨਸੀਬ ਬੰਦਾ ਨਹੀਂ ਜਿਹੜਾ ਦੂਜੇ ਦੇ ਤਜਰਬੇ ਤੋਂ ਸਿੱਖੇ ਕਿਸੇ ਨੇ ਘਾਟਾ ਖਾਦਾ ਹੈ ਜਾਂ ਕਿਸੇ ਨੇ ਕੋਈ ਧੋਖਾ ਖਾਦਾ ਹੈ ਤਾਂ ਦੂਜੇ ਨੂੰ ਦੇਖ ਲਓ ਵੀ ਇਹਨੇ ਕਿਹੜੀ ਗੱਲੋਂ ਯਾਰ ਧੋਖਾ ਖਾਦਾ ਵੀ ਆਪਾਂ ਇਹ ਆਪਣੇ ਨਾਲ ਇਹ ਨਾ ਹੋਵੇ ਹੂੰ ਕਹਿੰਦੇ ਆ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚੋਂ ਸਵਾਦ ਆਉਂਦਾ ਠੀਕ ਹੈ ਨਾ ਜਿਵੇਂ ਹੁਣ ਕੋਈ ਸਿਆਣੇ ਆਪਾਂ ਨੂੰ ਦੱਸਦਾ ਉਹਦੋਂ ਆਪਾਂ ਨੂੰ ਕਹਿੰਦਾ ਵੀ ਇਹ ਬਜ਼ੁਰਗ ਐਵੇਂ ਮਾਰੀ ਜਾਂਦੇ ਹਨ ਬਾਅਦ ਚ ਪਤਾ ਲੱਗਦਾ ਜਦੋਂ ਆਪ ਤੁਸੀਂ ਆ ਪਿਓ ਬਣਦੇ ਹੋ ਨਾ ਫਿਰ ਪਤਾ ਲੱਗਦਾ ਮੈਂ ਮੈਂ ਇੱਕ ਗੱਲ ਯਾਦ ਕਰਦਾ ਹਾਂ ਕਿ ਮੈਂ ਜਦੋਂ ਕਾਲਜ ਪੜ੍ਹਦਾ ਹੁੰਦਾ ਸੀ ਮੈਂ ਬੱਸ ਦੇ ਟੂਲ ਤੋਂ ਵੀ ਮੂਹਰੇ ਵਾਲੀ ਜਗ੍ਹਾ ਤੇ ਬੈਠ ਕੇ ਜਾਂਦਾ ਜੇ ਕੋਈ ਡਰਾਈਵਰ ਝਿੜਕਦਾ ਸਾਨੂੰ ਤਾਂ ਸਗਾ ਉਹਨੂੰ ਗਲ ਪੈਣਾ ਪੰਜ ਸੱਤ ਬੰਦੇ ਨੇ ਇਕੱਠੇ ਹੋ ਕੇ ਉਹ ਚੁੱਪ ਕਰ ਜਾਂਦਾ ਜੇ ਹੁਣ ਮੈਂ ਦੇਖਦਾ ਮੇਰੇ ਬੱਚੇ ਐ ਜੇ ਮੇਰੇ ਬੱਚੇ ਛੱਤ ਦੇ ਉੱਤੇ ਵੀ ਬੈਠਣ ਤਾਂ ਮੇਰੇ ਸਾਥ ਸੁੱਤੇ ਜਾਣਗੇ ਹੂੰ ਤੇ ਮੈਂ ਕੋਟ-ਕੋਟ ਦੁੰਬਾ ਬਣਾ ਦੂੰ ਉਹਨਾਂ ਦਾ ਇਹ ਕਿ ਤੈਨੂੰ ਅਕਲ ਨਹੀਂ ਹੈਗੀ ਬੈਠਣ ਦੀ ਉਹ ਆਪ ਪਿਓ ਬਣ ਕੇ ਹੀ ਪਤਾ ਲੱਗਦਾ ਦੂਜੀ ਗੱਲ ਮੈਂ ਜਿਵੇਂ ਹੁਣ ਸਦੀਕ ਸਾਹਿਬ ਉਹਨਾਂ ਦੀ ਸੰਗਤ ਕੀਤੀ ਹੈ ਬਹੁਤ ਘੱਟ ਕੀਤੀ ਹੈ ਜਦੋਂ ਵੀ ਮਿਲਦੇ ਬੜਾ ਤਜਰਬੇ ਵਾਲੇ ਬੰਦੇ ਨੇ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਅੱਜ ਕੱਲ੍ਹ ਸ਼ੋਸ਼ੇ ਬਾਜੀ ਦੀ ਬਹੁਤ ਮਤਲਬ ਦਿਖਾਵੇ ਦੀ ਦੁਨੀਆ ਬਹੁਤ ਜ਼ਿਆਦਾ ਹੈ ਨਾ ਵੀ ਦਿਖਾਵਾਂਗੇ ਮੈਨੂੰ ਨਹੀਂ ਲੱਗਦਾ ਵੀ ਥੋੜਾ ਕੰਮ ਬੋਲਣਾ ਚਾਹੀਦਾ ਤੁਸੀਂ ਤੁਸੀਂ ਉਹਨੂੰ ਲੋਕ ਆ ਕੇ ਇਹ ਨਹੀਂ ਦੇਖਦੇ ਵੀ ਸੋਨੇ ਦੇ ਮਹਿਲ ਚ ਰਹਿੰਦਾ ਹਣਾ ਤੁਸੀਂ ਪਰਦੇ ਤੇ ਕਿਉਂ ਵੀ ਉੱਥੇ ਤੁਸੀਂ ਸੋਣਾ ਲੱਗਦੇ ਹੋ ਜਾਂ ਨਹੀਂ ਉਹ ਉਹ ਜ਼ਰੂਰੀ ਹੈ ਤੁਹਾਡੀ ਕਲਾ ਸੋਣਾ ਲੱਗਦੀ ਹੈ ਜਾਂ ਨਹੀਂ ਉਹ ਜ਼ਰੂਰੀ ਹੈ ਸਦੀਕ ਸਾਹਿਬ ਨੂੰ ਕਿਸੇ ਨੇ ਕਿਹਾ ਵੀ ਸਦੀਕ ਸਾਹਿਬ ਆ ਨਵੇਂ ਮੁੰਡੇ ਯਾਰ ਕਿਸੇ ਕੋਲੇ ਪਜਹਰੋ ਗੱਡੀ ਹੈ ਕੋਈ ਪ੍ਰਾਡੋ ਤੇ ਜਾਂਦਾ ਕੋਈ ਮਰਸੀਡੀਜ਼ ਤੇ ਜਾਂਦਾ ਪ੍ਰੋਗਰਾਮਾਂ ਦੇ ਤੁਸੀਂ ਉਹੀ ਕੋਲਜ ਤੇ ਜਾਂਦੇ ਹੋ ਪੁਰਾਣੀ ਤੇ ਹਣਾ ਵੀ ਤੁਸੀਂ ਵੱਡੀ ਗੱਡੀ ਲੈ ਕੇ ਜਾਇਓ ਉਹਨਾਂ ਦਾ ਜਵਾਬ ਬੜਾ ਖੂਬਸੂਰਤ ਸੀ ਕਹਿੰਦੇ ਮੈਂ ਉਹਨਾਂ ਦੀ ਆਵਾਜ਼ ਦੱਸ ਮੈਂ ਕਿਹਾ ਸੀ ਇੱਕਦਮ ਪ੍ਰੋਗਰਾਮ ਤੇ ਵੱਡੀ ਵੱਡੀ ਲੈ ਕੇ ਗਿਆ ਸੀ ਕਹਿੰਦੇ ਫਿਰ ਉਸ ਦਿਨ ਵੀ ਮੈਨੂੰ ਹੀ ਗਾਉਣਾ ਪਿਆ ਕਹਿੰਦੇ ਤੇ ਹੁਣ ਵੀ ਗੱਡੀ ਨੇ ਥੋੜਾ ਗੋਣਾ ਲੋਕਾਂ ਨੇ ਗੱਡੀ ਨੂੰ ਥੋੜਾ ਦੇਖਣਾ ਉਹ ਸ੍ਰੀਖਸਾਬ ਨੂੰ ਦੇਖਣਾ ਉਹਨਾਂ ਦੀ ਕਲਾ ਨੂੰ ਦੇਖਣਾ ਸੋ ਮੈਂ ਉਹਨਾਂ ਦੀਆਂ ਗੱਲਾਂ ਬੜੀਆਂ ਫਾਲੋ ਕਰਦਾ ਇਹ ਤੇ ਵੀ ਮੈਂ ਜਿੰਨਾ ਸ਼ੋਸ਼ੇ ਬਾਜੀ ਤੋਂ ਦੂਰ ਰਿਹਾ ਜਾਵੇ ਹਾਂ ਜਿਹੜੇ ਨਵੇਂ ਬੰਦੇ ਆ ਨਵੇਂ ਕਲਾਕਾਰ ਨੇ ਵੀ ਮੇਰੇ ਨਾਲ ਬਹੁਤ ਵਧੀਆ ਸਬਦ ਦਾ ਹੈਗਾ ਵੀ ਮੇਰੀ ਬਹੁਤ ਰਿਸਪੈਕਟ ਕਰਦੇ ਨੇ ਜਿਹਨੂੰ ਵੀ ਮੈਂ ਮਿਲਿਆ ਮੈਨੂੰ ਕਦੇ ਕੋਈ ਬੰਦਾ ਇਹੋ ਜਿਹਾ ਨਹੀਂ ਮਿਲਿਆ ਕਿਹੜਾ ਜਿਹੜਾ ਵੀ ਕਲਾਕਾਰ ਮਿਲਿਆ ਨਾ ਵੀ ਉਹਨੇ ਕੋਈ ਐਟੀਟਿਊਡ ਦਿਖਾਇਆ ਹੋਵੇ ਜੀ ਬਹੁਤ ਆਦਬ ਦੇ ਨਾਲ ਬਹੁਤ ਪਿਆਰ ਸਤਿਕਾਰ ਦੇ ਨਾਲ ਹੀ ਮਿਲਿਆ ਜਿੰਨੇ ਵੀ ਮੇਰੇ ਜੂਨੀਅਰ ਪਰ ਅੱਜ ਦੇ ਦੌਰ ਦੇ ਵਿੱਚ ਥੋੜਾ ਜਿਹਾ ਤਾਂ ਮਹਿਸੂਸ ਕਰਦੇ ਹੋਗੇ ਗਾਇਕ ਦੇ ਤੌਰ ਤੇ ਕਿ ਅੱਜ ਕੰਮ ਜ਼ਿਆਦਾ ਸੌਖਾ ਆਟੋ ਟਿਊਨ ਕੀਤਾ ਕੰਪਿਊਟਰ ਆਹੀ ਤੇ ਗਾਇਕ ਫਟਾਫਟ ਮਸ਼ਹੂਰ ਹੋ ਜਾਂਦਾ ਹੈ ਤੁਹਾਡੇ ਵੇਲੇਆਂ ਦੇ ਵਿੱਚ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਕਿੰਨਾ ਕਿੰਨਾ ਰਿਆਜ਼ ਕਰਨਾ ਕਿੰਨੀ ਵਾਰ ਰਿਹਰਸਲ ਕਰਨੀ ਉਸ ਤੋਂ ਬਾਅਦ ਵਿੱਚ ਜਾ ਕੇ ਗੀਤ ਗਾਉਣਾ ਪੈਂਦਾ ਸੀ ਸੋ ਉਹ ਵਾਲਾ ਅੰਤਰ ਤਾਂ ਮਹਿਸੂਸ ਕਰਦੇ ਹੋਵੋਗੇ ਗੱਲ ਇਹ ਹੈ ਕਿ ਅੱਜ ਸੌਖਾ ਬਹੁਤ ਹੋ ਗਿਆ ਆਪਣੇ ਆਪ ਨੂੰ ਦਿਖਾਉਣਾ ਬਹੁਤ ਸੌਖਾ ਹੈ ਹਾਂ ਸਾਡੇ ਵੇਲੇ ਕੀ ਸੀ ਵੀ ਜੇ ਗਾਉਣਾ ਹੀ ਪੈਂਦਾ ਪਹਿਲਾਂ ਤਾਂ ਰਿਕਾਰਡਿੰਗ ਤੇ ਵੀ 25 ਹਜ਼ਾਰ ਤੱਕ ਲਾਉਣਾ ਪੈਂਦਾ ਸੀਗਾ ਜੀ ਉਸ ਤੋਂ ਬਾਅਦ ਜੇ ਕੋਈ ਰਿਲੀਜ਼ ਹੁੰਦੀ ਸੀ ਕੈਸਟ ਤਾਂ ਉਹਦੇ ਤੇ ਲੱਖ ਡੇਢ ਲੱਖ ਕੈਸਟਾ ਬਣਾਉਣ ਵਾਸਤੇ ਜਾਂ ਸੀਡੀਆਂ ਬਣਾਉਣ ਵਾਸਤੇ ਪ੍ਰੋਡਿਊਸਰ ਨੂੰ ਲਾਉਣਾ ਪੈਂਦਾ ਸੀਗਾ ਹੁਣ ਤੁਹਾਡੇ ਕੋਲ ਕਲਾ ਇੱਕ ਬਾਜਾ ਢੋਲ ਕੇ ਰੱਖ ਕੇ ਤੁਸੀਂ ਲਾਈਵ ਹੋ ਕੇ ਫੇਸਬੁਕ ਤੇ ਤੁਸੀਂ ਆਜੋ ਕੋਈ ਨਾ ਕੋਈ ਪਾਰਖੂ ਬੰਦਾ ਚੱਕ ਲੈਂਦਾ ਸਾਨੂੰ ਬਹੁਤ ਬੰਦੇ نیٹ ਦੀ ਦੇਣ ਨੇ نیٹ ਤੋਂ ਹੋਇਆ ਹੁਣ ਸੌਖਾ ਹੋ ਗਿਆ ਤੇ ਬਟ ਗਾਉਣਾ ਵੀ ਸੌਖਾ ਹੋ ਗਿਆ ਕਿਉਂਕਿ ਜੇ ਕੋਈ ਲਾਈਨ ਇੱਕ ਇੱਕ ਲਾਈਨ ਕਰਕੇ ਤਾਂ ਕਲਾਕਾਰ ਗਾ ਦਿੰਦੇ ਨੇ ਤੇ ਉਹ ਆਟੋ ਟਿਊਨ ਲੱਗ ਜਾਂਦਾ ਸਾਰਾ ਕੁਝ ਹੋ ਜਾਂਦਾ ਪਰ ਉਹ ਖਾੜਿਆਂ ਚ ਉਹੀ ਬੰਦੇ ਚੱਲਦੇ ਨੇ ਜਿਹੜੇ ਰੀਅਲ ਸਿੰਗਰ ਹੂੰ ਜਿਹੜੇ ਮਤਲਬ ਮਤਲਬ ਅੰਦਰੋਂ ਗਾਇਕ ਨੇ ਅਸਲੀ ਗਾਇਕ ਨੇ ਜਿਹੇ ਬਾਵੇ ਹੋਣੇ ਆ ਉਹ ਬੰਦੇ ਦਾ ਪਤਾ ਲੱਗਦਾ ਕਿਹੋਂ ਦੇ ਦਾ ਜੀ ਬਿਲਕੁਲ ਸਹੀ ਕੋ ਗਾ ਰਿਹਾ ਉਹ ਉਹ ਮਤਲਬ ਉਵੇਂ ਗੱਡ ਕੇ ਗਾਉਂਦਾ ਹਣਾ ਉਹਨਾਂ ਚ ਬਹੁਤ ਕਲਾਕਾਰ ਨੇ ਨਾਵੇਂ ਕੋਈ ਇਹ ਹੋਊਗਾ ਜਿਹੜਾ ਐਦਾਂ ਦਾ ਨਹੀਂ ਪਰ ਐ ਵੀ ਇੱਕ ਦੋ ਹੀ ਨੇ ਜਿਹੜੇ ਮੇਰੇ ਖਿਆਲ ਆਟੋ ਟਿਊਨ ਲਾਉਂਦੇ ਨੇ ਬਾਕੀ ਸਾਰੇ ਬਹੁਤ ਸੋਹਣਾ ਗਾਉਣ ਵਾਲੇ ਹੁੰਦੇ ਆ ਨਵੇਂ ਪੂਰ ਦੇ ਵਿੱਚੋਂ ਵੀ ਕਈ ਚੱਗਾ ਗਾਉਂਦੇ ਆ ਇਹ ਗੱਲ ਸੱਚੀ ਆ ਤੁਹਾਡੀ ਪਿਛਲੇ ਦਿਨੀ ਫਿਲਮ ਆਈ ਆ ਲੋਕਡਾਊਨ ਤੋਂ ਬਾਅਦ ਤੁਸੀਂ ਰੀਬਨ ਕਟਿਆ ਜੀ ਜੀ ਪੰਜਾਬੀ ਪਰਮਾਨੰ ਕਿਉਂਕਿ ਕੁੜੀਆਂ ਜਵਾਨ ਤੇ ਬਾਪੂ ਪਰੇਸ਼ਾਨ ਇਹਦਾ ਨਾਂ ਥੋੜਾ ਜਿਹਾ ਅਵੱਲਾ ਜਨੀ ਬਿਲਕੁਲ ਮੈਨੂੰ ਵੀ ਲੱਗਿਆ ਸੀ ਅਵੱਲਾ ਨਾਂ ਤਾਂ ਮੈਂ ਵੀ ਕਿਹਾ ਸੀ ਡਾਕਟਰ ਸਾਹਿਬ ਨੂੰ ਕਿ ਮੈਨੂੰ ਥੋੜਾ ਜਿਹਾ ਲੱਗਦਾ ਪਰ ਜਦੋਂ ਤੁਹਾਡਾ ਨਜ਼ਰੀਆ ਸਹੀ ਹੋਣਾ ਚਾਹੀਦਾ ਹਮ ਹੈਨਾ ਕਈ ਵਾਰੀ ਇਹ ਹੁੰਦਾ ਕਿ ਤੁਹਾਡੇ ਮਨ ਚ ਜੇ ਕੋਈ ਮੈਲ ਨਹੀਂ ਹਮ ਜਿਹੜੇ ਬੰਦਿਆਂ ਨੇ ਮੈਨੂੰ ਕਈਆਂ ਨੂੰ ਕਹਿ ਆ ਵੀ ਇਹ ਟਾਈਟਲ ਹੋਰ ਲੱਗਦਾ ਸ਼ਾਇਦ ਉਹਨਾਂ ਨੂੰ ਕੁੜੀਆਂ ਦੀ ਜਵਾਨੀ ਤੋਂ ਹੀ ਕੁਝ ਹੋਰ ਦਿਸਦਾ ਹੋਵੇ ਕੀ ਕਿਹੜੀ ਕੁੜੀ ਜਵਾਨ ਨਹੀਂ ਹੁੰਦੀ ਤੇ ਜਵਾਨ ਕੁੜੀਆਂ ਕੋਈ ਮਾੜੀਆਂ ਥੋੜਾ ਹੁੰਦੀਆਂ ਜਾਂ ਉਹਨਾਂ ਨੂੰ ਕਿਸੇ ਮਾੜੀ ਨਜ਼ਰ ਨਾਲ ਥੋੜਾ ਦੇਖਿਆ ਜਾਂਦਾ ਜਵਾਨ ਕੁੜੀਆਂ ਦੇ ਬਾਰੇ ਪਿਓ ਮਾਂ ਪਿਓ ਨੂੰ ਪਰੇਸ਼ਾਨ ਹੋਣਾ ਲਾਜ਼ਮੀ ਬਣਦਾ ਉਹਨਾਂ ਦੇ ਦੇਖੋ ਸਮਾਜ ਐ ਹੋ ਜਾ ਹੈਨਾ ਆਪਾਂ ਕਦੇ ਕੱਲੀ ਕੁੜੀ ਨੂੰ ਕਿਤੇ ਭੇਜਦੇ ਆ ਕਿਤੇ ਹੂੰ ਸਾਨੂੰ ਡਰ ਲੱਗਿਆ ਰਹਿੰਦਾ ਨਾ ਵੀ ਕੁੜੀ ਆ ਇਕੱਲੇ ਯਾਰ ਕੋਈ ਵੀ ਐ ਕੁੜੀ ਕਿੱਤਰੀ ਆਪਾਂ ਬਾਹਰ ਗਏ ਹੁੰਨੇ ਆ ਵੀ ਯਾਰ ਸਾਡੀਆਂ ਕੁੜੀਆਂ ਘਰੀਆਂ ਇਕੱਲੀਆਂ ਘਰੇ ਨੇ ਵੀ ਮੈਨੂੰ ਜਣਾ ਪੈਂਦਾ ਜੇ ਕਿਸੇ ਕਿਸ ਨੇ ਕਹੇ ਵੀ ਮੇਰੇ ਮੁੰਡੇ ਘਰੇ ਨੇ ਇਕੱਲੇ ਉਹ ਪਰੇਸ਼ਾਨੀ ਵੀ ਐ ਜਾਂ ਉਹਨਾਂ ਦੇ ਕੈਰੀਅਰ ਨੂੰ ਲੈ ਕੇ ਫਿਰ ਇੱਕ ਸਿੰਗਲ ਪੇਰੈਂਟ ਦੀ ਸਟੋਰੀ ਐ ਇਹ ਉਹਨੂੰ ਤਾਂ ਜ਼ਿਆਦਾ ਬਣਦਾ ਜੇ ਕੁੜੀਆਂ ਦੀ ਮਾਂ ਹੋਵੇ ਤਾਂ ਚੱਲ ਬੰਦਾ ਨਿਸ਼ਚਿਤ ਰਹਿੰਦਾ ਵੀ ਚੱਲ ਮਾਂ ਐ ਸਭ ਕੁਝ ਸਮਝ ਆ ਜਾਂਦਾ ਪਿਓ ਧੀ ਨੂੰ ਕਿਹੜੇ ਹਿਸਾਬ ਨਾਲ ਸਮਝਾ ਦੇ ਸਿਨੇਮੇ ਪੂਰੇ ਭਾਰਤ ਦੇ ਵਿੱਚ ਖੁੱਲੇ ਨਹੀਂ ਜੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਹਲੇ ਲੋਕਡਾਊਨ ਕਈ ਥਾਵਾਂ ਤੇ ਚੱਲਦਾ ਦਰਸ਼ਕਾਂ ਦੇ ਮਨ ਦੇ ਵਿੱਚ ਲੋਕਾਂ ਦੇ ਮਨ 'ਚ ਡਰਾ ਮੇ ਯਾਰ ਕਿਤੇ ਕਰੋਨਾ ਨੇ ਚੁੰਮੜ ਜੇ ਇਹ ਕਿਹੜਾ ਰੈਲੀ ਦੇ ਵਿੱਚ ਲਗਣੀ ਫਿਲਮ ਰੈਲੀ 'ਚ ਤਾਂ ਚਲੋ ਨਹੀਂ ਕਰੋਨਾ ਜਾਂਦਾ ਫਿਰ ਤੁਸੀਂ ਇੰਨਾ ਇਸ ਵਕਤ ਰਿਸਕ ਲਿਆ ਤੁਸੀਂ ਫਿਰ ਵੀ ਨਾ ਇਹ ਫਿਲਮ ਲਾਉਣ ਦਾ ਜੇਰਾ ਕੀਤਾ ਤੇ ਇਹ ਫਿਰ ਤੁਹਾਨੂੰ ਲੱਗਾ ਨਹੀਂ ਵੀ ਭਾਈ ਯਾਰ ਕਿਤੇ ਵਦਾਣੀ ਸੱਟ ਨਾ ਵੱਜ ਜੇ ਦੇਖੋ ਜਿਹੜਾ ਮੇਰਾ ਪ੍ਰੋਡਿਊਸਰ ਰਣਜੀਤ ਸਿੰਘਲਾ ਉਹ ਬਹੁਤ ਸੁਰਜਾ ਹਵਨ ਬਹੁਤ ਹੀ ਪਿਆਰਾ ਇਨਸਾਨ ਹੈ ਮੇਰੇ ਪਿੰਡ ਤੋਂ ਹੈ ਅਸੀਂ ਪਹਿਲਾਂ ਇਕੱਠੀ ਨਹੀਂ ਫਿਲਮਾਂ ਕੀਤੀਆਂ ਨੇ ਦੋ ਤੇ ਇਹ ਜਿਹੜੀ ਤੀਜੀ ਫਿਲਮ ਹੈ ਸੋ ਉਹ ਬਹੁਤ ਸੋਚ ਸਮਝ ਕੇ ਫੈਸਲੇ ਲੈਂਦਾ ਹੈ ਸਿਆਣਾ ਬੰਦਾ ਹੈ ਸਾਡਾ ਡਾਇਰੈਕਟਰ ਬਹੁਤ ਸਿਆਣਾ ਹੈ ਅਵਤਾਰ ਸਿੰਘ ਸਾਨੂੰ ਮਤਲਬ ਜਿੰਨੇ ਬਜਟ ਚ ਇਹ ਬਣਾ ਦਿੰਦੇ ਨੇ ਫਿਲਮ ਅਵਤਾਰ ਸਿੰਘ ਹੋਰ ਮੇਰਾ ਖਿਆਲ ਕੋਈ ਡਾਇਰੈਕਟਰ ਨਹੀਂ ਇੰਨਾ ਫਾਸਟ ਹੋਣਾ ਔਰ ਇੰਨਾ ਵਧੀਆ ਤੇ ਇੰਨੇ ਘੱਟ ਸਮੇਂ ਦੇ ਵਿੱਚ ਵਧੀਆ ਰਿਜ਼ਲਟ ਦੇਣਾ ਸੋ ਇਹ ਮਤਲਬ ਅਸੀਂ ਰਿਸਕ ਕਰਕੇ ਚੱਲੇ ਸਾਨੂੰ ਇੱਕ ਤਾਂ ਇਹ ਸੀ ਕਿ ਬਹੁਤ ਸਾਰੇ ਲੋਕ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਪਿਛਲੇ ਐਪੀਸੋਡ ਚ ਦੱਸਿਆ ਸੀ ਕਿ ਕਲਾਕਾਰਾਂ ਨੇ ਤਾਂ 2-4 ਸਾਲ ਦਾ ਬੈਠ ਕੇ ਵੀ ਖਾ ਸਕਦੇ ਜਿਹੜੇ ਵਿਚਾਰੇ ਟੈਕਨੀਸ਼ੀਅਨ ਨੇ ਉਹ ਜਿਹੜੇ ਹੈਂਡ ਟੂ ਮਾਉਥ ਨੇ ਉਹਨਾਂ ਲਈ ਕੰਮ ਖੋਲਣਾ ਬਹੁਤ ਜ਼ਰੂਰੀ ਹੈ ਥੀਏਟਰਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਏਮਪਲਾਈ ਨੇ ਉਹ ਵੀ ਵਿਹਲੇ ਬੈਠੇ ਆ ਵਿਚਾਰੇ ਜਾਂ ਉਹਨਾਂ ਦੇ ਜਿਹੜੇ ਓਨਰ ਨੇ ਉਹਨਾਂ ਨੂੰ ਵਿਹਲੇ ਬਿਠਾ ਨੂੰ ਤਨਖਾਹਾਂ ਦੇ ਰਹੇ ਨੇ ਸੋ ਸਾਨੂੰ ਐਸ ਵੀ ਕਿਸੇ ਨਾ ਕਿਸ ਨੂੰ ਤਾਂ ਪਹਿਲ ਕਰਨੀ ਪੈਣੀ ਹੈ 50% ਜਿਹੜੇ ਸਿਨੇਮੇ ਖੁੱਲ ਚੁੱਕੇ ਨੇ 50% ਓਕੂਪੈਂਸੀ ਦੇ ਨਾਲ ਵੀ ਜੇ ਇਹ ਥੋੜੇ ਥੋੜੇ ਵੀ ਆਉਂਦੇ ਤਾਂ ਸਾਨੂੰ ਐ ਵੀ ਰਿਸਕ ਕਵਰ ਆ ਸਾਡਾ ਉਹਨੇ ਇੱਕ ਬਜਟ ਦੀ ਅਸੀਂ ਫਿਲਮ ਬਣਾਈ ਐ ਸੋ ਇਹਦੇ ਨਾਲ ਇਹ ਹੋਊਗਾ ਕਿ ਲੋਕਾਂ ਨੂੰ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਸਿਨੇਮੇ ਖੁੱਲ ਵੀ ਗਏ ਤੇ ਆ ਫਿਲਮ ਦੇ ਨਾਲ ਘੱਟ ਤੋਂ ਘੱਟ ਇਹ ਤਾਂ ਪਤਾ ਚੱਲ ਜਾਊਗਾ ਵੀ ਸਿਨੇਮੇ ਖੁੱਲ ਗਏ ਹੁਣ ਵਧੀਆ ਰਿਸਪਾਂਸ ਮਿਲ ਰਿਹਾ ਕਿਤੇ ਪਤਾ ਲੱਗਿਆ ਵੀ 60 ਬੰਦੇ ਬੈਠੇ ਕਿਤੇ 50 ਕਿਤੇ 25 ਕਿਤੇ 15 ਇਹ ਕੁਮੈਂਸੀ ਮਤਲਬ ਹੋ ਰਹੀ ਹੈ ਸਿਨੇਮਿਆਂ ਦੇ ਵਿੱਚ ਤੇ ਦੁਆਰਾ ਫਿਰ ਲੋਕਾਂ ਨੂੰ ਥੋੜਾ ਜਿਹਾ ਰਾਹਤ ਮਿਲੀ ਹੈ ਥੋੜਾ ਜਿਹਾ ਕਿਉਂਕਿ ਜਿੰਨੀਆਂ ਮਰਜ਼ੀ ਤੁਸੀਂ ਨੈਟ ਤੇ ਫਿਲਮਾਂ ਦੇਖ ਲਓ ਟੀਵੀ ਤੇ ਦੇਖ ਲਓ ਮੋਬਾਈਲ ਤੇ ਦੇਖ ਲਓ ਪਰ ਜਿਹੜਾ ਥੀਏਟਰ ਦਾ ਇੱਕ ਸਵਾਦ ਆ ਉਹ ਵੱਖਰਾ ਹੈ ਕਿਉਂਕਿ ਉਹਦੇ ਨਾਲ ਤੁਹਾਡੀ ਆਊਟਿੰਗ ਵੀ ਹੁੰਦੀ ਹੈ ਬੱਚੇ ਤੁਹਾਡੇ ਨਾਲ ਜਾਂਦੇ ਬਾਹਰ ਘੁੰਮ ਫਿਰ ਕੇ ਵੀ ਆਉਂਦੇ ਤੇ ਤੁਸੀਂ ਇੰਜੋਏ ਵੀ ਕਰ ਲੈਂਦੇ ਹੋ ਮੈਨੂੰ ਲੱਗਦਾ ਵੀ ਇਹ ਜਿਹੜਾ ਇਨੀਸ਼ੀਏਟਿਵ ਕਿਸੇ ਨਾ ਕਿਸੇ ਨੂੰ ਤਾਂ ਲੈਣਾ ਪੈਣਾ ਸੀ ਇਹ ਸਾਡੇ ਹਿੱਸੇ ਆ ਗਿਆ ਇਹ ਕੁੱਝ ਕਿਸੇ ਦਾ ਬਿਲਕੁਲ ਤੇ ਤੁਹਾਡੇ ਨਾਲ ਹੋਰ ਕਿਹੜੇ-ਕਿਹੜੇ ਕਲਾਕਾਰਾਂ ਨੇ ਇਸ ਫਿਲਮ ਕਾਕਾ ਕੌਤਕੀ ਜੀ ਤੇ ਤਿੰਨ ਕੁੜੀਆਂ ਨੇ ਜਿਨ੍ਹਾਂ ਚੋਂ ਲਵ ਗਿੱਲ ਪੀहू ਸ਼ਰਮਾ ਤੇ ਇਕਤਾ ਗੁਲਾਟੀ ਜੀ ਇਹ ਇਹ ਕੁੜੀਆਂ ਨੇ ਮੇਰਾ ਨਾਮ ਕਰਕੇ ਭਾਈ ਜੀ ਇਸ ਫਿਲਮੀ ਸਫਰ ਦੇ ਵਿੱਚ ਵਿਚਰਦੇ ਆ ਤੇ ਅਮਨ 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 ਸਿੱਧੂ ਜਿਹੜਾ ਰਾਈਟਰ ਵੀ ਐਸ ਫਿਲਮ ਨੂੰ ਇਸ ਪੂਰੇ ਫਿਲਮੀ ਸਫਰ ਦੇ ਵਿੱਚ ਵਿਚਰਦੇ ਆ ਕੁਝ ਕੁ ਕਿਰਦਾਰ ਇਹੋ ਜਿਹੇ ਨਿਭਾਏ ਗਏ ਹੋਣਗੇ ਜਿਨ੍ਹਾਂ ਦੇ ਉੱਤੇ ਜਦੋਂ ਸਵੈ ਚਿੰਤਨ ਕਰਦੇ ਤੁਹਾਨੂੰ ਲੱਗਦਾ ਹੋਗਾ ਵੀ ਯਾਰ ਆਹ ਤਾਂ ਕਮਾਲ ਦੀ ਗੱਲ ਹੋ ਗਈ ਇਹੋ ਜਾਂ ਬਾਅਦ ਦੇ ਵਿੱਚ ਮੇਰੇ ਤੋਂ ਵੀ ਨਹੀਂ ਦਬਾਇਆ ਗਿਆ ਤੇ ਮੇਰੀ दिली ਇੱਛਾ ਕਿ ਮੈਂ ਇੱਕ ਵਾਰੀ ਫੇਰ ਨਮਾਵਾ ਇਸ ਜੀਵਨ ਦੇ ਵਿੱਚ ਉਹ ਕਿਹੜਾ ਕਿਰਦਾਰ ਹੈ ਦੇਖੋ ਹਰ ਮੈਨੂੰ ਕਦੇ ਵੀ ਐ ਨਹੀਂ ਹੋਇਆ ਕਿ ਆ ਮੈਂ ਕਿਰਦਾਰ ਦੁਆਰਾ ਕਰ ਮੈਨੂੰ ਐ ਹੁੰਦਾ ਵੀ ਮੈਂ ਨਮਾ ਕਰਾਂ ਕੁਝ ਹਮੇਸ਼ਾ ਵੀ ਜਦੋਂ ਵੀ ਕੋਈ ਫਿਲਮ ਕਰਦਾ ਤਾਂ ਇਸ ਫਿਲਮ ਦੇ ਵਿੱਚ ਵੀ ਮੈਨੂੰ ਕਈ ਕਹਿੰਦੇ ਸੀ ਵੀ ਯਾਰ ਤੂੰ ਕੁੜੀਆਂ ਦਾ ਪਿਓ ਲੱਗੇਗਾ ਪਰ ਜਿਨ੍ਹਾਂ ਨੇ ਫਿਲਮ ਦੇਖਣ ਤੋਂ ਬਾਅਦ ਬਹੁਤ ਵਧੀਆ ਕਹਿੰਦੇ ਵੀ ਸਾਨੂੰ ਮਹਿਸੂਸ ਨਹੀਂ ਹੋਇਆ ਕਿ ਤੂੰ ਇੱਕ ਪਿਓ ਨਹੀਂ ਹੈਗਾ ਵੀ ਤੂੰ ਉਹ ਪਿਓ ਦੀ ਜੋ ਦਸ਼ਾ ਹੁੰਦੀ ਹੈ ਜਾਂ ਉਹਦੀ ਅੰਦਰੋਂ ਹੁੰਦੀ ਹੈ ਨਾ ਵੀ ਡਰ ਹੁੰਦਾ ਕੁੜੀਆਂ ਪ੍ਰਤੀ ਜਾਂ ਕੁਝ ਵੀ ਆਪਣੀ ਔਲਾਦ ਪ੍ਰਤੀ ਵੀ ਉਹ ਬਿਲਕੁਲ ਝਲਕਦਾ ਸੀ ਵੀ ਮੈਨੂੰ ਇਹ ਚੈਲੈਂਜਿੰਗ ਰੋਲ ਜਿਹੜੇ ਬਹੁਤ ਅੱਛੇ ਲੱਗਦੇ ਮੈਨੂੰ ਹਮੇਸ਼ਾ ਹੁੰਦਾ ਹੈ ਕਿ ਮੈਂ ਕੁਝ ਨਵਾਂ ਕਰਾਂ ਤੇ ਮੇਰੇ ਜਿੰਨੇ ਪ੍ਰੋਡਿਊਸਰ ਨੇ ਜਾਂ ਡਾਇਰੈਕਟਰ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਮੇਰੇ ਤੇ ਟਰਸਟ ਹੋ ਗਿਆ ਹੁਣ ਉਹ ਆਪ ਵੀ ਕਹਿੰਦੇ ਆ ਵੀ ਤੁਸੀਂ ਦੱਸੋ ਆਪਣੇ ਵੱਲੋਂ ਕੀ ਕਰ ਸਕਦੇ ਜੀ ਤੇ ਮੈਨੂੰ ਫਿਰ ਵੀ ਕੋਈ ਯਾਦਗਾਰੀ ਕਿਰਦਾਰ ਦੇਖੋ ਮੰਜੇ ਬਿਸਤਰੇ ਹੂੰ ਅਰਦਾਸ ਹੂੰ ਅਰਦਾਸ ਦਾ ਜਿਹੜਾ ਕਰੈਕਟਰ ਕੀਤਾ ਸੀ ਉਹ ਮੈਂ ਨਾ ਉਹ ਵੀ ਰੀਅਲ ਕਰੈਕਟਰ ਸੀਗਾ ਲਹਿਰਿਕ ਅੱਗੇ ਇੱਕ ਗੱਲ ਆ ਜੀ ਨੇ ਉਹ ਮੇਰਾ ਜਦੋਂ ਮੈਂ ਪਲੱਸ 1 ਚ ਪੜ੍ਹਦਾ ਸੀ ਮੇਰਾ ਪ੍ਰੋਗਰਾਮ ਬੁੱਕ ਕਰਨ ਆਏ ਮੈਨੂੰ ਘਰੇ ਆਏ 2200 ਰੁਪਏ ਚ ਮੇਰਾ ਉਹ ਪ੍ਰੋਗਰਾਮ ਬੁੱਕ ਕੀਤਾ ਮੈਂ ਤੇ ਭਗਵੰਤ ਉੱਥੇ ਗਏ ਸੀਗੇ ਤੇ ਮੈਨੂੰ ਕਹਿੰਦੇ ਉਹ ਉਹਦਾ ਮਤਲਬ ਸਟਾਈਲਿਸ ਬੋਲਣਾ ਉਹਦੇ ਇੱਕ ਗੁੱਸਾ ਹੋ ਗਏ ਪੂ ਗੋਣਾ ਬੋਲਣਾ ਮੈਂ ਇੱਕ ਦੀ ਗੁੱਸਾ ਕਰਣ ਦੀ ਕੀ ਖੱਲ ਉਹ ਮੈਂ ਤੇ ਉਹ ਮੈਂ ਉਥੋਂ ਚੱਕਿਆ ਸੀ ਗੁੱਸਾ ਹੁੰਦਾ ਹੁਣ ਗੱਲ ਦਾ ਇਹਦੇ ਅਖਬਾਰਾਂ 'ਚ ਵੀ ਆ ਆਰਟੀਕਲ ਛਪੇ ਜਦੋਂ ਕੋਈ ਵਿਅੰਗ ਲਿਖਦਾ ਸੀ ਥੱਲੇ ਲਿਖਿਆ ਹੁੰਦਾ ਗੁੱਸਾ ਨਾ ਕਰੀ ਉਹ ਗੱਲ ਐ ਉਹ ਬੜਾ ਮੈਨੂੰ ਚੰਗਾ ਲੱਗਿਆ ਕਿ ਐਦਾਂ ਕੋਪਾ ਐਪਰੀਸ਼ੀਏਟ ਕੀਤਾ ਤੇ ਸਭ ਤੋਂ ਵੱਧ ਕਿਹੜੇ ਕਿਰਦਾਰ ਦੇ ਲਈ ਤੁਹਾਨੂੰ ਮਿਹਨਤ ਅੱਜ ਤਾਈਂ ਕਰਨੀ ਪਈ ਹੈ ਅ ਮਿਹਨਤ ਮੰਜੇ ਬਿਸਤਰੇ ਲਈ ਮੇਰੇ ਜਿਹੜਾ ਕਿਉਂਕਿ 18-12 ਘੰਟੇ ਮੂੰਹ ਤੇ ਮੇਕਅਪ ਰਹਿੰਦਾ ਸੀ ਤੇ ਇਦਾਂ ਆਪਣਾ ਜਿਹੜੀ ਚਮੜੀ ਕਸੀ ਰਹਿੰਦੀ ਸੀ ਉਹ ਮੈਨੂੰ ਬਹੁਤ ਮਤਲਬ ਔਖ ਪਰ ਉਦੋਂ ਨਹੀਂ ਔਖਾ ਲੱਗਦਾ ਸੀ ਕੰਮ ਵੇੜੇ ਉਦੋਂ ਬਾਅਦ ਬਹੁਤ ਮਤਲਬ ਮੂੰਹ ਸੁੱਜ ਗਿਆ ਸੀਗਾ ਪੂਰਾ ਤੇ ਪਰ ਉਸ ਵੇਲੇ ਮੈਨੂੰ ਜਮੇ ਮਹਿਸੂਸ ਨਹੀਂ ਹੋਇਆ ਕਿ ਮੈਂ ਤੰਗਾਂ ਜਾਂ ਨਹੀਂ ਉਦੋਂ ਪਤਾ ਹੀ ਨਹੀਂ ਲੱਗਦਾ ਸੀ ਕਿ ਉਹ ਕਰੈਕਟਰ ਦੇ ਵਿੱਚ ਸੀਗਾ ਤੇ ਬਾਕੀ ਚੰਨਾ ਮੇਰਾ ਦੇ ਵਿੱਚ ਸੀਗਾ ਕਰੈਕਟਰ ਉਹਦੇ ਵਿੱਚ ਮੈਨੂੰ ਵਿੰਗੀਆਂ ਲੱਤਾਂ ਕਰਕੇ ਤੇ ਐਂ ਕਰਕੇ ਤੁਰਨਾ ਪੈਂਦਾ ਸੀਗਾ ਉਹ ਅਗਲੇ ਸੈੱਟ ਤੇ ਆ ਜਦੋਂ ਕਿਉਂਕਿ ਇਧਰੋਂ ਕੰਮ ਖਤਮ ਹੁੰਦਾ ਸੀ ਦੂਜੇ ਸੈੱਟ ਤੇ ਪਹੁੰਚਦਾ ਸੀ ਤੇ ਜਦੋਂ ਐਕਸ਼ਨ ਹੋਇਆ ਤੇ ਮੈਂ ਉਦੋਂ ਹੀ ਕਰਕੇ ਤੁਰਨ ਲੱਗਾ ਉਹ ਕਹਿੰਦੇ ਭਾਜੀ ਆ ਗਈ ਕਰ ਜਾਂਦੇ ਉਹ ਮੈਂ ਇਸ ਲੈ ਕੇ ਗਾਤਰ ਦੀ ਬਾਤ ਮਗਾ ਐਕਚੁਅਲੀ ਉਹ ਲਗਾਤਾਰ 15 20 ਦਿਨ ਤੋਂ ਉਸੇ ਗਰਦਾਰ ਚ ਸੀਗੇ ਐਕਚੁਅਲੀ ਉਹ ਮੈਂ ਬਾਹਾਂ ਹੀ ਕਰ ਲੈ ਕਹਿੰਦਾ ਭਾਜੀ ਐਂਕੀ ਤਰ ਮੈਂ ਕਿ ਵੀ ਚੰਨਾ ਮੇਰਾ ਚੱਲ ਰਹੀ ਸੀ ਸ਼ੂਟਿੰਗ ਤੇ ਉਸ ਕਰਕੇ ਸੀਗਾ ਵਾਹ ਟਾੜਾ ਸਾਹਿਬ ਇਸ ਇਸ ਕੈਸ਼ ਦੇ ਵਿੱਚ ਆਪਾਂ ਹਲੇ ਤੱਕ ਕੋਈ ਗਾਣਾ ਨਹੀਂ ਸੁਣਿਆ ਤੇ ਸੁਣੋ ਨਹੀਂ ਫਿਰ ਤੁਸੀਂ ਵੀ ਕੋਈ ਨਾ ਕੋਈ ਤੁਹਾਡੀ ਚੱਲਦੀ ਕੋਈ ਗੀਤ ਦੇ ਦੋ ਜਿਹੜਾ ਤੁਹਾਡੇ ਦਿਲ ਦੇ ਬਹੁਤ ਪੂਰੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਦੀ ਗੱਲ ਚੱਲ ਰਹੀ ਹੈ ਧੀਆਂ ਦੇ ਗੀਤ ਹੈ ਜੀ ਇੱਕ ਮਾਨਕ ਸਾਹਿਬ ਦਾ ਬੜਾ ਵਧੀਆ ਜੀ ਬੂਰ ਪਿਆ ਅੰਬਿਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਥੀਆਂ ਨੀ ਤੂੰ ਸਾੰਬ ਬੁਕੜ ਵਿੱਚ ਰੱਖੀਆਂ ਗਿਣਵੇਂ ਦਿਨਾਂ ਦੀਆਂ ਸਾਂਝਾ ਵੇ ਬਾਬਲ ਅਸੀਂ ਸਿੱਧਕਾ ਨਾਲ ਨਿਭਾਈਆਂ ਕੁੰਜਾ ਵਾਂਗ ਪਰੌਣੀਆਂ ਥੀਆਂ ਵੇ ਤੇਰੇ ਵੇੜੇ ਦੋ ਦਿਨ ਆਈਆਂ ਵਾਹ ਮੈਂ ਚਾਦਰ ਕੱਢਦੀ ਨੀ ਗਿਣ ਤੋਂ ਪੇ ਪਾਵਾਂ ਜਾਮਣ ਦੀ ਛਾਹੇ ਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਚੀ ਨੀ ਤੋਤੇਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ ਧਨ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਛਾਵਾਂ ਫਿਕਰਾਂ ਵਿੱਚ ਡੁੱਬਿਆ ਨਹੀਂ ਮੇਰਾ ਬਾਬਲ ਭੋੜਾ ਫਿਕਰਾਂ ਵਿੱਚ ਡੁੱਬਿਆ ਨਹੀਂ ਮੇਰਾ ਬਾਬਲ ਭੋੜਾ ਮੈਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਂ ਵਾਹ ਬਹੁਤ ਖੂਬ ਕੀ ਬਾਤ ਕਰਦੇ ਸਮਾ ਬਣਤਾ ਇਹ ਕੁਲਦੀਪ ਮਾਨਕ ਸਿੰਘ ਸਾਹਿਬ ਭਾਵੇਂ ਦੁਨੀਆ ਦੇ ਵਿੱਚ ਨਹੀਂ ਜੀ ਜੀ ਪਰ ਉਹਨਾਂ ਦੀ ਆਵਾਜ਼ ਹਮੇਸ਼ਾ ਅਮਰ ਰਹੂਗੀ ਜੀ ਜੀ ਉਹਨਾਂ ਦਾ ਇਹ ਬੜਾ ਖੂਬਸੂਰਤ ਗੀਤ ਆ ਬਿਲਕੁਲ ਸਿਰਾ ਅੰਦਰ ਇਹ ਨੂੰ ਬਸ ਨਿਚੋੜ ਕੇ ਰੱਖ ਦਿੰਦਾ ਜੀ 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 ਸ਼ਬਦ ਮੁੱਕ ਜਾਂਦਾ ਬਿਲਕੁਲ ਜੀ ਉਹਨਾਂ ਨੇ ਜੋ ਵੀ ਗੀਤ ਗਾਇਆ ਉਹ ਲੋਕਾਂ ਦੇ ਕਲਾਕਾਰ ਸੀਗੇ ਮੈਂ ਉਹਨਾਂ ਬਾਰੇ ਮੈਂ ਗੱਲ ਦੱਸਦਾ ਕਿ ਕਈ ਦੱਸਦੇ ਜਿਹੜੇ ਉਹਨਾਂ ਦੇ ਨਾਲ ਪੁਰਾਣੇ ਰਹੇ ਹੋਏ ਨੇ ਤੇ ਕਿਸੇ ਕਾਲਜ ਦੇ ਵਿੱਚ ਪ੍ਰੋਗਰਾਮ ਸੀਗਾ ਕੁੜੀਆਂ ਦੇ ਕਾਲਜ ਦੇ ਵਿੱਚ ਹਮ ਤੇ ਪ੍ਰੋਗਰਾਮ ਕੀਤਾ ਤੇ ਉਹ ਪੈਸੇ ਉਹਨੇ ਇਕੱਠੇ ਨਹੀਂ ਹੋਏ ਤੇ ਕਹਿੰਦੇ ਮਾਨਕ ਸਿੰਘ ਸਾਹਿਬ ਵੀ ਕੁੜੀਆਂ ਤੋਂ ਨਾ ਉਹਨੇ ਪੈਸੇ ਇਕੱਠੇ ਨਹੀਂ ਹੋਏ ਵੀ ਆਹੀ ਹੈ ਤੁਸੀਂ ਇੰਨਾ ਕੁ ਸਾਰ ਲੋਗੇ ਕਹਿੰਦਾ 3ਾਂ ਤੇ ਕਹਿੰਦੇ 3ਾਂ ਤੋਂ ਕਿਸੇ ਨੇ ਪੈਸੇ ਲਏ ਨੇ ਵਾਹ ਇਹ ਵੀ ਕਹਿੰਦਾ ਉਹਨਾਂ ਚ ਵੰਡ ਦੋ ਵਾਹ ਮੈਨੂੰ ਇਹ ਵੀ ਨਹੀਂ ਚਾਹੀਦੇ ਮੈਂ ਅੱਜ 3ਾਂ ਲਈ ਆਉਣਾ ਹੈ ਤੇ 3ਾਂ ਤੋਂ ਪੈਸੇ ਨਹੀਂ ਲੈਂਦਾ ਮੈਂ ਚਾਹੀਦਾ ਕੀ ਬਾਤ ਹੈ ਤੇ ਕਈ ਇਹੋ ਜਿਹੇ ਪ੍ਰੋਗਰਾਮ ਸੀ ਜਿਹੜੇ ਜਿਵੇਂ ਸ਼ਹੀਦਾਂ ਦੇ ਮੇਲੇ ਲੱਗਦੇ ਸੀਗੇ ਉਹ ਮੇਰਾ ਕਲਾ ਵੀ ਸਾਲ ਦੇ 40 50 ਪ੍ਰੋਗਰਾਮ ਐਦਾਂ ਹੋਣਗੇ ਜਿੰਨਾਂ ਤੇ ਉਹ ਮੁਫਤ ਜਾਂਦੇ ਸੀਗੇ ਹੂੰ ਤੇ ਤਾਂ ਹੀ ਮੇਰਾ ਕਲਾ ਵੀ ਰਹਿਦੀ ਦੁਨੀਆ ਤੱਕ ਇਹ ਆਵਾਜ਼ ਰਹੂਗੀ ਉਹਨਾਂ ਦੇ ਗੀਤ ਵੀ ਬਹੁਤ ਨੇੜੇ ਨੇ ਲੋਕਾਂ ਦੇ ਲੋਕਾਂ ਦੇ ਲੋਕ ਗਾਇਕ ਅਸਲੀ ਸੀਗੇ ਉਹ ਮਹਾਨ ਬੰਦੇ ਸੀ ਮੇਰਾ ਵੀ ਇੱਕ ਤਜਰਬਾ ਮੈਂ ਤੁਹਾਨੂੰ ਦੱਸਦਾ ਆਪ ਦੀ ਪੀੜ ਦੱਸਦਾ ਫੋੜਾ ਦੱਸਦਾ ਕਿਵੇਂ ਚ ਲੈ ਜਾਂਦਾ ਹਾਂਜੀ ਉਹ ਇਹ ਆ ਕਿ ਇੱਕ ਦਾ ਕਲਾਕਾਰ ਦੇ ਨਾਲ ਮੇਰੀ ਬੜੀ ਨੇੜਤਾ ਜੀ ਜੀ ਬੜਾ ਸੁਰੀਲਾ ਵੀ ਆ ਤੇ ਮੈਂ ਕਿਹਾ ਵੀ ਆਪਣਾ ਭਰਾਵਾਂ ਵਾਲੀ ਗੱਲ ਆ ਤੇ ਕਲਾਕਾਰ ਘਟਪਰਾ ਹੁੰਦੇ ਆ ਹਾਂਜੀ ਤੇ ਮੈਨੂੰ ਕਿਸੇ ਨੇ ਕਿਹਾ ਵੀ ਸਾਡੇ ਨਾਲ ਵਿਆਹ ਦਾ ਪ੍ਰੋਗਰਾਮ ਆ ਤੇ ਜੇਕਰ ਕਿਸੇ ਸਰੀਲੇ ਕਲਾਕਾਰ ਨੂੰ ਤੋ ਕਰਵਾ ਦੇ ਤੇ ਮੈਂ ਕਿਹਾ ਵੀ ਫਲਾਣਾ ਆਪਣਾ ਮਿੱਤਰ ਆ ਤੇ ਭਰਾਵਾਂ ਵਰਗਾ ਪਿਆਰਾ ਜੋ ਕਹੋਂਗੇ ਆਪਾਂ ਉਹ ਦਵਾ ਦੇਾਂਗੇ ਤੇ ਉਹ ਕਹਿੰਦੇ ਜੀ ਫਿਰ ਕਿੰਨੇ ਚ ਚੱਕਰਗੇ ਕਹਿੰਦੇ ਚਲੋ ਲੱਖ ਰੁਪਏ ਦੇ ਦਿੰਨੇ ਆ ਤੇ ਮੈਨੂੰ ਐ ਲੱਗਿਆ ਵੀ ਯਾਰ ਇਹ ਤਾਂ ਬਹੁਤ ਵਧੀਆ ਪੈਸੇ ਮਿਲ ਗਏ ਤੇ ਬੰਦਾ ਖੁਸ਼ ਹੋ ਜਾਊਗਾ ਕਿਉਂਕਿ ਵੀ ਯਾਰ ਟੈਡੀ ਨੇ ਬਹੁਤ ਵਧੀਆ ਕੰਮ ਕਰਤਾ ਮੈਂ ਫੋਨ ਕੀਤਾ ਕਹਿੰਦਾ ਮੇਰੇ ਗੱਲ ਸੁਣ ਵੀ ਯਾਰ ਸਾਡਾ ਰੇਟ ਖਰਾਬ ਹੀ ਕਰਦਾ ਹੁੰਦਾ ਓ ਕਹਿੰਦਾ ਵੀਰੇ ਢਾਈ ਦੇ ਵਿੱਚ ਤਾਂ ਮੈਂ ਪ੍ਰੋਗਰਾਮ ਮੋੜ ਦਿੰਨਾ ਓਹ ਹੋ ਹੁਣ ਕਿੱਥੇ ਤਾਂ ਮੈਨੂੰ ਇਹ ਸੀ ਕਿ ਮੈਨੂੰ ਸ਼ਾਬਾਸ਼ ਦੇਊਗਾ ਕਿਤੇ ਮੈਂ ਤਰ ਲਿਆ ਤੇ ਆ ਗਿਆ ਵੀ ਮੈਂ ਤਾਂ ਜਵਾਨ ਦੇ ਦਿੱਤਾ ਮੈਂ ਜਵਾਨ ਦੇਤੀ ਯਾਰ ਹੁਣ ਇਧਰਲਾ ਬੰਦਾ ਇਹ ਮਾਨ ਕਰੀ ਜਾਂਦਾ ਵੀ ਜਿਵੇਂ ਟਹਿਣਾ ਕਹਿੰਦਾ ਉਵੇਂ ਹੋ ਜਾਂਦਾ ਫਿਰ ਮੈਂ ਕਿਹਾ ਵੀ ਇਹ ਤਾਂ ਮੰਦਾ ਨਹੀਂ ਆ ਆਸਬਾੜੀ ਕਰੀ ਬੈਠੇ ਆ ਫਿਰ ਮੈਂ ਢੇੜਾ ਜਾ ਕੱਢ ਕੇ ਆਇਆ ਮੈਂ ਕਿਹਾ ਉਹਨੇ ਤਾਂ ਉਹ ਦੇ ਕੈਨੇਡਾ ਚਲੇ ਜਾਣਾ ਮਾ ਬਾਏ ਤੇ ਮਾਰੇ ਗਏ ਮੈਂ ਉਸ ਤੋਂ ਬਾਅਦ ਫੈਸਲਾ ਕਰ ਲਿਆ ਵੀ ਭਾਵੇਂ ਗਾਇਕ ਕਰੋੜ ਰੁਪਏ ਲੈਣਾਂ ਤੇ ਭਾਵੇਂ ਲੈਂਦਾ 1 ਰੁਪਇਆ ਵਿੱਚ ਨਹੀਂ ਪੈਣਾ ਤੇ ਆਪਾਂ ਹੁਣ ਵਿੱਚ ਇੱਕ ਵਕਫਾ ਲੈ ਲਈਏ ਚੰਚ ਦਾ ਵਿਚਾਰ ਪ੍ਰਾਈਮੇਅਰ ਸ਼ਾਹ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਚਾਹ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਸਾਡੇ ਦੋਵਾਂ ਨਾਲ ਮੌਜੂਦ ਨੇ ਕਰਮਜੀਤ ਅਨਮੋਲ ਜੀ ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਈਏ ਹੋਣ ਦਿਓ ਇਨਾ ਲੰਬਾ ਸਫਰ ਹੰਡਾਇਆ ਸੀ ਚਾਹੁੰਦੇ ਆ ਸਫਰ ਹੋਰ ਬਹੁਤ ਹੀ ਜ਼ਿਆਦਾ ਲੰਮਾ ਹੋਏ ਪਰ ਇਹਦੇ ਵਿੱਚ ਨਾ ਕਈ ਵਾਰੀ ਕੋਈ ਬੰਦਾ ਇਹੋ ਜੀ ਗੱਲ ਕਹਿ ਜਾਂਦਾ ਹੈ ਕਈ ਵਾਰੀ ਕੋਈ ਇਹੋ ਜਿਹਾ ਪਾਣਾ ਵਾਪਰ ਜਾਂਦਾ ਹੈ ਜਿਹਦੇ ਨਾਲ ਇੱਕ ਮਨਚੋ ਚੀਜ਼ ਦੀ ਨਿਕਲਦੀ ਹੈ ਜਿਹੜੀ ਕਹਿੰਦੇ ਆ ਵੀ ਰਹਿੰਦੀ ਦੁਨੀਆ ਤੱਕ ਗੱਲ ਨਾਲ ਹੀ ਰਹੇਗੀ ਕੋਈ ਐਸੀ ਗੱਲ ਕਦੇ ਵਾਪਰੀ ਹੋਏ ਦੇਖੋ ਜਦੋਂ ਗਾਇਕੀ ਦੇ ਵਿੱਚੋਂ ਥੋੜਾ ਜਿਹਾ ਡਾਊਨਫਾਲ ਆਇਆ ਕਿਉਂਕਿ ਇੱਕ ਤਾਂ ਘਰੋਂ ਐਨੇ ਸਾਊਂਡ ਨਹੀਂ ਸੀਗੇ ਫਾਈਨੈਂਸ਼ਲੀ ਤੇ ਦੂਜਾ ਇਹ ਹੁੰਦਾ ਸੀਗਾ ਕਿ ਬਾਕੀ ਕਲਾਕਾਰ ਆਪਦੀਆਂ ਆਪ ਵੀਡੀਓ ਕਰਕੇ ਜਿੱਥੇ ਪਹਿਲਾਂ ਕੰਪਨੀ ਵਾਲੇ ਪੈਸੇ ਦਿੰਦੇ ਸੀ ਫਿਰ ਬਾਅਦ ਵਿੱਚ ਕੰਪਨੀ ਵਾਲੇ ਲੈਣ ਲੱਗੇ ਤੇ ਫਿਰ ਕੁਝ ਬੰਦਿਆਂ ਨੇ ਇਹ ਵੀ ਕਿਹਾ ਵੀ ਯਾਰ ਹੁਣ ਇਹ ਤਾਂ ਚੱਲੇ ਹੋਏ ਕਾਰਤੂਸ ਨੇ ਇਹ ਸਭ ਤੋਂ ਵੱਡਾ ਮਿਹਣਾ ਲੱਗਿਆ ਮੈਨੂੰ ਕਿਸੇ ਬੰਦੇ ਨੇ ਕਿਹਾ ਨਾ ਵੀ ਹੁਣ ਵੀ ਇਹ ਤਾਂ ਭੁੱਲ ਜਾਓ ਹੁਣ ਤਾਂ ਵੀ ਹੁਣ ਨਹੀਂ ਕੁਝ ਬਣਦਾ ਵੀ ਬਹੁਤ ਕੁਝ ਹੋ ਗਿਆ ਪਰ ਮੇਰੀ ਜਿੱਦ ਸੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਕੁਝ ਵੀ ਇਹ ਪਿੱਛੇ ਨਹੀਂ ਹਟਣਾ ਮੈਂ ਪਿੱਛੇ ਰਹਿਿਆ ਹੋਇਆ ਜ਼ਰੂਰ ਹਾਂ ਪਰ ਮੈਂ ਖਤਮ ਨਹੀਂ ਹੋਇਆ ਵਾਹ ਹਾਂ ਵੀ ਅੰਤ ਤੱਕ ਸਭ ਤੋਂ ਮੈਨੂੰ ਇਹ ਗੱਲ ਲੱਗਦੀ ਹੈ ਕਿ ਜਿੱਥੇ ਵੀ ਮੈਂ ਕੰਮ ਕੀਤਾ ਹੈ ਜਿਹੜੇ ਵੀ ਬੰਦੇ ਨਾਲ ਅੱਜ ਤੱਕ ਮੇਰੀ ਪਿੱਠ ਪਿੱਛੇ ਕੋਈ ਬੰਦਾ ਮੈਨੂੰ ਕਿਤੇ ਕਿਸੇ ਵੀ ਗੱਲੋਂ ਉਂਗਲੀ ਨਹੀਂ ਕਰ ਸਕਦਾ ਵੀ ਉਹ ਬੰਦੇ ਨੇ ਯਾਰ ਮਾੜੀ ਨੀਤ ਦਿਖਾਈ ਜਾਂ ਮੰਦਾ ਬੋਲਿਆ ਜਾਂ ਕਿਤੇ ਕੁਝ ਉਹ ਬੰਦੇ ਨੇ ਗਲਤ ਕੀਤਾ ਜਾਂ ਲਾਲਚ ਕੀਤਾ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਬੰਦਾ ਇਮਾਨਦਾਰ ਸਿਰੜੀ ਤੇ ਮਿਹਨਤੀ ਹੋਣਾ ਚਾਹੀਦਾ ਹੂੰ ਤੇ ਪ੍ਰਮਾਤਮਾ ਕਿਸੇ ਵੀ ਬੰਦੇ ਤੋਂ ਕੁਝ ਲੁਕਾ ਕੇ ਨਹੀਂ ਰੱਖਦਾ ਜਦੋਂ ਤੁਹਾਡੀ ਨੀਅਤ 'ਚ ਕਦੇ ਖੋਟ ਪੈ ਜਾਂਦਾ ਇੱਕ ਚੀਜ਼ 'ਚ ਵੀ ਜੇ ਮਿਹਨਤ ਕੱਟ ਗਈ ਜਾਂ ਨੀਅਤ 'ਚ ਖੋਟ ਪੈ ਗਿਆ ਬੇਈਮਾਨੀ ਆ ਗਈ ਤਾਂ ਉੱਥੋਂ ਬੰਦਾ ਗਿਰਦਾ ਫਿਰ ਕਿਉਂਕਿ ਮਾੜੀ ਜੀਵੀ ਜਿੰਨਾ ਮਰਜੀ ਤੁਸੀਂ ਤੁਸੀਂ ਮੈਂ ਸਮਝਾਂ ਵੀ ਟਹਿਣਾ ਯਾਰ ਬਹੁਤ ਬੋਲਿਆ ਇਹਨੂੰ ਮੈਂ ਲੁੱਟਣਾ ਇਹਨੂੰ ਕੀ ਪਤਾ ਲੱਗਦਾ ਇਹ ਨਹੀਂ ਹੋ ਸਕਦਾ ਜਿੰਨਾ ਮਰਜੀ ਹੋਵੇ ਬੰਦੇ ਨੂੰ ਪਤਾ ਹੁੰਦਾ ਇੱਕ ਵਾਰ ਲੁੱਟਿਆ ਜਾਓ ਜਾਂ ਉਹਨੂੰ ਬੰਦੇ ਨੂੰ ਪਤਾ ਹੁੰਦਾ ਵੀ ਇਹ ਬੰਦਾ ਮੈਨੂੰ ਉਹ ਕਰ ਰਿਹਾ ਹੈ ਪਰ ਉਹਦੀ ਸ਼ਰੀਫੀ ਹੁੰਦੀ ਹੈ ਕਿ ਉਹ ਉਹ ਬੋਲਦਾ ਨਹੀਂ ਕਿਉਂਕਿ ਤੁਸੀਂ ਆਪਣੇ ਆਪ ਨੂੰ ਘੈਂਟ ਸਮਝਣਾ ਕੋਈ ਮਾੜੀ ਗੱਲ ਨਹੀਂ ਵੀ ਤੁਸੀਂ ਘੈਂਟ ਹੋ ਤੁਹਾਡੇ ਚ ਕਲਾ ਹੈ ਜਾਂ ਕੁਝ ਵੀ ਹੈ ਸਮਝਣਾ ਮਾੜੀ ਗੱਲ ਨਹੀਂ ਹੈਗੀ ਵੀ ਵਧੀਆ ਗੱਲ ਹੈ ਕੌਨਫੀਡੈਂਸ ਹੈ ਸੈਲਫ ਕੌਨਫੀਡੈਂਸ ਹੈ ਪਰ ਸਾਹਮਣੇ ਵਾਲੇ ਬੰਦੇ ਨੂੰ ਮਤਲਬ ਨਲਾਇਕ ਸਮਝਣਾ ਇਹ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਸਹੀ ਇਹ ਬੰਦਾ ਨਲਾਇਕ ਹੈ ਵੀ ਮੈਂ ਤਾਂ ਬਹੁਤ ਘੈਂਟ ਹਾਂ ਆਪਣੇ ਆਪ ਨੂੰ ਘੈਂਟ ਸਮਝੋ ਸਮਝਣਾ ਚਾਹੀਦਾ ਪਰ ਦੂਜੇ ਨੂੰ ਵੀ ਬੇਫਕੂਫ ਨਾ ਸਮਝੋ ਵੀ ਇਹ ਤਾਂ ਇਹਦਾ ਤਾਂ ਕੀ ਹੈ ਹਰ ਇੱਕ ਮੈਂ ਇੱਕ ਗੱਲ ਸੋਚਦਾ ਹੁੰਨਾ ਕਿ ਜਿਹੜਾ ਸਟਰਗਲ ਹੈ ਨਾ ਇਹ ਬਹੁਤ ਕੁਸ਼ਕਾਉਂਦਾ ਬੰਦੇ ਨੂੰ ਜੇ ਸਟਰਗਲ ਹੋਰ ਕੁਛ ਨਹੀਂ ਤਾਂ ਘੜ ਤੋਂ ਘੜ ਬੰਦੇ ਨੂੰ ਬੰਦਾ ਜ਼ਰੂਰ ਬਣਾਉਂਦਾ ਹੈ। ਜੇ ਤੁਹਾਡੇ ਦਿਮਾਗ ਵਿੱਚ ਕੋਈ ਮਾੜਾ ਵਿਚਾਰ ਆਉਂਦਾ ਵੀ ਹੈ ਨਾ ਤੇ ਤੁਹਾਨੂੰ ਫਿਰ ਕਿਤੇ ਨਾ ਕਿਤੇ ਉੱਥੇ ਹੀ ਲੈ ਜਾਂਦਾ ਵੀ ਨਹੀਂ। ਤੁਹਾਡੀ ਆਤਮਾ ਕਹਿੰਦੀ ਵੀ ਯਾਰ ਉਹ ਵੇਲੇ ਤੇਰੇ ਨਾਲ ਇਹ ਗਮ ਹੋਇਆ ਸੀ ਵੀ ਜੇ ਤੂੰ ਵੀ ਆ ਜਾਓਗੇ ਤਾਂ ਫਿਰ ਕਿਵੇਂ ਹੋਊਗਾ ਕੰਮ। ਸਟਰਗਲ ਤੁਹਾਨੂੰ ਮਾੜਾ ਕੰਮ ਨਹੀਂ ਕਰਨ ਦਿੰਦਾ ਕਦੇ ਵੀ। ਬਹੁਤ ਖੂ। ਹਾਂ ਤੇ ਉਹੀ ਆ ਵੀ ਬੰਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ। ਬਾਕੀ ਕਲਾਕਾਰੀਆਂ ਹੋਰ ਬਥੇਰਾ ਕੁਛ ਇਹ ਬਾਦੀਆਂ ਗੱਲਾਂ ਨੇ। ਹਾਂ। ਤੁਹਾਡੀ ਕਲਾ ਤੋਂ ਤੁਹਾਡੇ ਕੰਮ ਤੋਂ ਭਾਰੀ ਤੁਹਾਡੀ ਇਨਸਾਨੀਅਤ ਹੋਣੀ ਚਾਹੀਦੀ ਹੈ ਬਹੁਤ ਖੂਬ ਹਾਂ ਇਹ ਗੱਲ ਨੂੰ ਮੈਂ ਹਮੇਸ਼ਾ ਲੜ ਬੰਨਿਆ ਹੋਇਆ ਹੈ ਵੀ ਹੋ ਸਕਦਾ ਮੈਥੋਂ ਵੀ ਗਲਤੀਆਂ ਹੋ ਗਈਆਂ ਹੁਣ ਤਾਂ ਮਾਫ ਕਰਨਾ ਤੇ ਪਰ ਮੈਨੂੰ ਇਹ ਲੱਗਦਾ ਵੀ ਮੈਥੋਂ ਨਾ ਹੋਵੇ ਕਿਸੇ ਨਾਲ ਟੱਕਾ ਨਾ ਹੋਵੇ ਜੀ ਭਾਈ ਜੀ ਅੱਜ ਕੱਲ ਨਾ ਜਦੋਂ ਫਿਲਮਾਂ ਚੱਲਣ ਲੱਗ ਪੈਂ ਫਿਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੈਂ ਆਪਣਾ ਪ੍ਰੋਡਕਸ਼ਨ ਹਾਊਸ ਵੜਾ ਲਾਂ ਮੈਂ ਆ ਫਿਲਮਾਂ ਬਣਾਇਆ ਕਰਾਂ ਵਟ ਸਾਰੀ ਆਪਣੇ ਬੋਝੇ ਦੇ ਵਿੱਚ ਆਵੇ ਤੁਸੀਂ ਵੀ ਬਣਾਇਆ ਤੁਹਾਡੀਆਂ ਦੋ ਤਿੰਨ ਫਿਲਮਾਂ ਉਹਦੇ ਤਹਿਤ ਆਈਆਂ ਤੇ ਕੀ ਯੋਜਨਾਵਾਂ ਦੇਖੋ ਜੀ ਜਿਹੜੀ ਅਸੀਂ ਪਹਿਲੀ ਫਿਲਮ ਕੀਤੀ ਸੀ ਮੈਂ ਤੇ ਰঞ্জੀਮਿਸ ਕਲਾ ਪ੍ਰੋਡਕਸ਼ਨ ਦੀ ਉਹ ਸੀਗੀ ਲਾਵਾ ਫਿਰੇ ਹੂੰ ਉਹਦੇ ਵਿੱਚ ਅਸੀਂ ਕੁਝ ਇਹ ਜੇ ਕਲਾਕਾਰ ਲਏ ਜਿਨ੍ਹਾਂ ਨੂੰ ਉਸ ਤੋਂ ਬਾਅਦ ਐਡਾ ਕ ਬੂਮ ਮਿਲਿਆ ਸੰਘਾ ਸਾਹਿਬ ਨੂੰ ਛੋਟੇ-ਮੋਟੇ ਕਿਰਦਾਰ ਮਿਲਦੇ ਸੀ ਉਹਨੂੰ ਪਹਿਲੀ ਵਾਰ ਐਡਾ ਵੱਡਾ ਕਿਰਦਾਰ ਅਸੀਂ ਦਿੱਤਾ ਔਰ ਉਸ ਬੰਦੇ ਦਾ ਬਹੁਤ ਦਾਇਰਾ ਵਿਸ਼ਾਲ ਹੋਇਆ ਉਹਨੂੰ ਆਰਟਿਸਟ ਬਹੁਤ ਵਧੀਆ ਉਹ ਬੰਦਾ ਅੱਜ ਤੱਕ ਮੇਰੀ ਉਹ ਕਦਰ ਕਰਦਾ ਉਸ ਚੀਜ਼ ਦੀ ਕਿ ਉਹ ਮੈਨੂੰ ਮੌਕਾ ਦਿੱਤਾ ਵਧੀਆ ਤੇ ਹੋਰ ਰੂਪੀ ਪੈਣ ਜੀ ਨੇ ਰੁਪਿੰਦਰ ਬਰਨਾਲਾ ਜਿਹੜੇ ਰੂਪੀ ਰੁਪਿੰਦਰ ਰੂਪੀ ਜੀ ਉਹਨਾਂ ਨੂੰ ਜਿੱਦ ਦੇ ਉਹਨਾਂ ਦਾ ਟ੍ਰੇਲਰ ਆ ਗਿਆ ਸੀਗਾ ਲਾਵਾ ਫੇਰੇ ਦਾ ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦੀ ਕੋਈ ਡੇਟ ਵਿਲੀ ਨਹੀਂ ਹੂੰ ਤੇ ਹੋਰ ਕਿੰਨੇ ਕਲਾਕਾਰ ਪ੍ਰੀਤੋ ਜੀ ਸੀਗੇ ਹੋਰ ਅਕਸ਼ਤਾ ਸੀ ਨਵੇਂ ਕਲਾਕਾਰ ਹੋਰ ਕਿੰਨੇ ਕਲਾਕਾਰ ਸੀਗੇ ਜਿਨ੍ਹਾਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਉਸ ਤੋਂ ਬਾਅਦ ਜਦੋਂ ਫਿਲਮ ਰਿਲੀਜ਼ ਹੋਈ ਤੇ ਹਿੱਟ ਹੋਈ ਉਸ ਤੋਂ ਬਾਅਦ ਅਸੀਂ ਸਾਰੀ ਕਾਸਟ ਨੂੰ ਈਵਨ ਜਿਹੜੇ ਸਪੌਟ ਬாய் ਤੱਕ ਸਾਰਿਆਂ ਨੂੰ ਗਿਫਟ ਦਿੱਤੇ ਅਸੀਂ 15 20 ਲੱਖ ਦੇ ਗਿਫਟ ਬੰਦੇ ਉਹਨਾਂ ਨੂੰ ਉਹ ਕਰਕੇ ਕਿ ਜੇ ਅਸੀਂ ਕਮਾਇਆ ਤਾਂ ਸਾਡੇ ਜਿਹੜੇ ਨਾਲ ਭਰਾਵਾਂ ਨੇ ਕੰਮ ਕੀਤਾ ਤੇ ਉਹਨਾਂ ਨੂੰ ਵੀ ਕੁਝ ਨਾ ਕੁਝ ਜਾਣਾ ਚਾਹੀਦਾ ਤੇ ਇਹ ਇਹ ਸਾਨੂੰ ਮਤਲਬ ਵੀ ਕਹਿੰਦੇ ਆ ਬਾਬੇ ਨਾਨਕ ਦੇ ਵੀ ਵੰਡ ਸ਼ਕੋ ਹੈਨਾ ਤੇ ਕਿਰਤ ਕਰੋ ਤੇ ਵੰਡ ਛਕੋ ਵੰਡ ਛਕਣ ਨਾਲ ਕਦੇ ਵੀ ਘਟਦਾ ਨਹੀਂ ਕੁਝ ਬਿਲਕੁਲ ਸਹੀ ਹੈਨਾ ਤੇ ਮੇਰੀ ਤਾਂ ਆਦਤ ਵੀ ਇਹ ਹੈ ਕਿ ਮੈਂ ਅੱਜ ਤੱਕ ਹੂੰ ਕਦੇ ਇਕੱਲੇ ਨੇ ਖਾਣਾ ਨਹੀਂ ਖਾਦਾ ਬਹੁਤ ਖੂ ਜਿੰਨਾ ਚਿਰ ਦੋ ਚਾਰ ਬੰਦੇ ਮੇਰੇ ਨਾਲ ਨਾ ਹੋਣ ਮੈਂ ਘਰੋਂ ਵੀ ਨਹੀਂ ਤਾਂ ਬੰਦਾ ਕੋਈ ਦਫ਼ਤਰ ਜਾਂਦਾ ਆਪਦੇ ਟਿਫਨ 'ਚ ਰੋਟੀ ਲੈ ਕੇ ਜਾਂਦਾ ਮੇਰੇ ਘਰੋਂ ਜੇ ਰੋਟੀ ਜਾਂਦੀ ਤਾਂ ਘੱਟੋ ਘੱਟ ਚਾਰ ਬੰਦੇ ਤਾਂ ਹੁੰਦੀ ਹੋਈ ਹੈ ਵਾਹ ਇਹਦੋਂ ਘੱਟ ਵੱਧ ਭਾਵੇਂ ਹੋਵੇ ਇਹਦੋਂ ਘੱਟ ਨਹੀਂ ਹੋਊਗੀ ਸੋ ਉਹੀ ਚੀਜ਼ ਅਸੀਂ ਇੱਥੇ ਕੀਤੀ ਤੇ ਸਾਨੂੰ ਬਹੁਤ ਮਾਣ ਮਿਲਿਆ ਬਹੁਤ ਮਾਣ ਸਤਿਕਾਰ ਮਿਲਿਆ ਜਿਨਨੇ ਵੀ ਕਲਾਕਾਰਾਂ ਨੇ ਕੰਮ ਕੀਤਾ ਔਰ ਬਹੁਤ ਖੁਸ਼ ਨੇ ਅੱਜ ਤੱਕ ਯਾਦ ਕਰਦੇ ਨੇ ਫਿਰ ਦੂਜੀ ਫਿਲਮ ਸਾਡੀ ਬਾਕਸ ਆਫਿਸ ਤੇ ਬਹੁਤ ਜ਼ਿਆਦਾ ਮਾਰਕਾ ਨਹੀਂ ਮਾਰ ਸਕੀ ਮਿੰਦੋ ਤਹਿਸੀਲਦਾਰ ਨੇ ਪਰ ਅਸੀਂ ਜਿਸ ਦਿਨ ਸਾਡੀ ਫਿਲਮ ਦਾ ਪੈਕਅਪ ਸੀਗਾ ਉਸ ਦਿਨ ਅਸੀਂ ਇੱਕ ਪਾਰਟੀ ਅਰੇਂਜ ਕੀਤੀ ਜਿਹੜੇ ਆਪਣਾ ਸੀਗੇ ਲਾਈਟਮੈਨ ਜਾਂ ਸਪੌਟ ਬoi ਜਾਂ ਆਪਣਾ ਜਿਹੜੇ ਕੋਸਟਿਮ ਵਿਭਾਗ ਦੇ ਜਿੰਨੇ ਵੀ ਥੱਲੇ ਵਾਲਾ ਜਿਹੜਾ ਪਰਦੇ ਦੇ ਪਿਛਲਾ ਜਿਹੜਾਂ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਕਿਉਂਕਿ ਲਾਈਟਮੈਨ ਕੀ ਹੁੰਦੇ ਆ ਕਿ ਜੇ 2 ਵਜੇ ਦਾ ਆਪਣਾ ਸਵੇਰੇ 6 ਵਜੇ ਦਾ ਕਾਲ ਟਾਈਮ ਹੈ ਤਾਂ ਉਹਨਾਂ ਨੂੰ 4 ਵਜੇ ਆਉਣਾ ਪੈਣਾ ਤੇ 2 ਵਜੇ ਉੱਠਣਾ ਪੈਣਾ ਤੇ ਜੇ ਰਾਤ ਨੂੰ 2 ਵਜੇ ਪੈਕਅਪ ਹੁੰਦਾ ਤਾਂ ਉਹ ਆਪਣੇ ਸਮਾਨ ਨੂੰ ਸਮੇਟਦੇ ਹੋਰ 2 ਘੰਟੇ ਲੇਟ ਆਉਂਦੇ ਵਿਚਾਰੇ ਤੇ ਉਹਨਾਂ ਦੀ ਜਿਹੜੀ ਮਿਹਨਤ ਸਭ ਤੋਂ ਵੱਧ ਹੁੰਦੀ ਹੈ ਇਹਦੇ ਵਿੱਚ ਤੇ ਫਿਰ ਉਸ ਦਿਨ ਅਸੀਂ ਉਹਨਾਂ ਵਾਸਤੇ ਪਾਰਟੀ ਅਰੇਂਜ ਕੀਤੀ ਕਿ ਅੱਜ ਤੁਸੀਂ ਐਨੀ ਸਾਡੀ ਸੇਵਾ ਕਰਦੇ ਹੋ ਅੱਜ ਅਸੀਂ ਤੁਹਾਡੀ ਸੇਵਾ ਕਰਾਂਗੇ ਤੁਸੀਂ ਵੀਆਈਪੀ ਕਿ ਅਸੀਂ ਮਤਲਬ ਤੁਹਾਨੂੰ ਸਰਵ ਕਰਾਂਗੇ ਇਹ ਗੱਲ ਬਿਲਕੁਲ ਸੱਚੀ ਹੈ ਵੀ ਇਹ ਇਕੱਲੇ ਖਾਣਾ ਨਹੀਂ ਖਾ ਸਕਦੇ ਤੇ ਆਓ ਭਗਤ ਬਹੁਤ ਕਰਦੇ ਰਸੋਈ ਦੇ ਵਿੱਚੋਂ ਇਸ ਵੇਲੇ ਮੈਂ ਕਾਹਾਂ ਰਹੀਆਂ ਮੇਰੇ ਖਾਲ ਚੌਲ ਬਣਦੇ ਪਰਲੇ ਪਰ ਉਹਨੂੰ ਦੇਖੀ ਜਾਂਦਾ ਬੜਾ ਵਧੀਆ ਲੱਗਦਾ ਇਹਨਾਂ ਨੇ ਵਾਦਾ ਕੀਤਾ ਵੀ ਲੱਛਾ ਪਰੌਠਾ ਵਿਖਮਾਵਾਂਗੇ ਜੀ ਜੀ ਬਿਲਕੁਲ ਮਾੜਾ ਨਾਲੋਂ ਨਾ ਸ਼ੁਰੂ ਹੋ ਜਾਂਦੀ ਹੈ ਜਿਹੜੀ ਗੱਲ ਇੱਥੇ ਹੋ ਜੇ ਨਾ ਉਹ ਬੱਤੀ ਹੋ ਜਾਂਦੀ ਹੈ ਨਹੀਂ ਜਿਹੜਾ ਮਰਜੀ ਪਾਣਾ ਕਾਓ ਲੱਛਾ ਕਿ ਜਿਹੜਾ ਮਰਜੀ ਕਾਓ ਕਮਾਲ ਇਹ ਮੋਰ ਲਾਤੀ ਬੰਦੇ ਨੇ ਵੀ ਰੋਟੀ ਖਾ ਕੇ ਜਾਵਾਂਗੇ ਨਹੀਂ ਮੈਂ ਤੁਹਾਨੂੰ ਦੱਸਾਂ ਵੀ ਇੱਕ ਵਾਰੀ ਉਹ ਲਾਵਾ ਫੇਰ ਵਾਲਾ ਜਿਹੜਾ ਕੱਬਾ ਜਾਂ ਜੀਜਾ ਸੀ ਨਾ ਉਹ ਵਾਲੇ ਸਟਾਈਲ 'ਚ ਇਹਨਾਂ ਨੂੰ ਜਵਾਬ ਦੋ ਸ਼ਾਇਦ ਫੇਰ ਚੁੱਪ ਕਰਨਗੇ ਦੇਖੋ ਮੇਰੀ ਗੱਲ ਸੁਣ ਤੁਸੀਂ ਸਭ ਨੂੰ ਕਹੋ ਮਿਆਕ ਅਸੀਂ ਤੁਸੀਂ ਸਾਡੇ ਖਾਣੇ ਦੇ ਆ ਕੇ ਆਹ ਮੋਰ ਲਾਈ ਐ ਅਸੀਂ ਤੁਸੀਂ ਲੱਛਾ ਕਾ ਲੱਛਾ ਕਹੋ ਕਸਤੂਰੀ ਕਹੋ ਜਿਹੜਾ ਮਰਜੀ ਕਹੋ ਅਸੀਂ ਸਾਨੂੰ ਸਾਥ ਬਹੁਤ ਖੂਬ ਦੇਖੋ ਇਹ ਕਲਾ ਵੀ ਟਣਾ ਸਾਹਿਬ ਕਿਸੇ ਕਿਸੇ ਦੇ ਵਿੱਚ ਹੁੰਦੀ ਹੈ ਕਿ ਚਾਹੇ ਗਾਣਾ ਗਵਾ ਲੋ ਚਾਹੇ ਕਿਸੇ ਵੀ ਤਰ੍ਹਾਂ ਦਾ ਕਿਰਦਾਰ ਨਬੋਣ ਲਈ ਕਹਿ ਦੋ ਇਹ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹਾ ਕਹਿੰਦੇ ਆ ਨਾ ਕਿ ਸਰਵਗੁਣ ਸੰਪੰਨ ਬੰਦਾ ਲੱਭਣਾ ਔਖਾ ਹੋ ਜਾਂਦਾ ਨਾਲੇ ਦੇਖੋ ਜੀ ਕਲਾਕਾਰ ਹੋਣਾ ਵੀ ਬਹੁਤ ਚੰਗੀ ਗੱਲ ਆ ਪਰ ਮਨੁੱਖ ਹੋਣਾ ਬਹੁਤ ਵਧੀਆ ਗੱਲ ਬਿਲਕੁਲ ਵਧੀਆ ਮਨੁੱਖ ਬਣਨ ਦੀ ਲੋੜ ਆ ਤੇ ਸਾਨੂੰ ਚੰਗੀ ਗੱਲ ਇਹ ਲੱਗਦੀ ਆ ਕਿ ਕਰਮਜੀਤ ਅਨਮੋਲ ਹੋਰੀ ਚੰਗੇ ਮਨੁੱਖਾਂ ਦੇ ਵਿੱਚੋਂ ਇੱਕ ਆ ਮਿਹਰਬਾਨੀ ਜੀ ਮੇਰੇ ਇਸੇ ਕਰਕੇ ਜੀ ਕਰਦਾ ਕਿ ਬਾਈ ਨੂੰ ਮਿਲ ਗਏ ਇਸੇ ਕਰਕੇ ਚਿਤ ਕਰਦਾ ਵੀ ਗੱਲਬਾਤ ਕਰ ਗਈ ਥੈਂਕ ਯੂ ਥੈਂਕ ਯੂ ਮਿਹਰਬਾਨੀ ਮੈਨੂੰ ਮਤਲਬ ਆਇਆ ਲੱਗਦਾ ਵੀ ਯਾਰ ਮੈਂ ਮਤਲਬ ਬਹੁਤ ਵੱਡਾ ਸਨਮਾਨ ਆ ਵੈਸੇ ਮੇਰੇ ਲਈ ਆਏ ਹਾਏ ਕਦੇ ਮਾਨ ਨਹੀਂ ਕੀਤਾ ਆਪਾਂ ਅੱਜ ਦੇ ਗਾਇਕੀ ਦੀ ਗੱਲ ਵੀ ਕਰ ਲਈਏ ਅੱਜ ਜਦੋਂ ਤੁਸੀਂ ਮਿੱਠੇ ਮਿੱਠੇ ਗਾਣੇ ਗਾਉਨੇ ਹੋ ਜਦੋਂ ਤੁਸੀਂ ਸਾਰਿਆਂ ਦੇ ਸੁਣਨ ਯੋਗ ਗਾਣੇ ਗਾਉਨੇ ਹੋ ਉਹ ਉਸੇ ਵੇਲੇ ਦੇ ਵਿੱਚ ਕੁਝ ਕ ਗਾਣੇ ਇਹੋ ਜਿਹੇ ਵੀ ਚੱਲ ਰਹੇ ਨੇ ਸਾਡੀ ਪੰਜਾਬੀ ਸੰਨਤ ਦੇ ਵਿੱਚ ਜਿਹੜੇ ਕਿ ਜਾਂ ਤਾਂ ਬੰਦਾ ਇਕੱਲਾ ਹੀ ਸੁਣਦਾ ਹੈ ਤੇ ਜਾਂ ਫਿਰ ਵੈਸੇ ਕੰਨਾਂ ਦੇ ਉੱਪਰ ਹਮਲਾ ਜਾਂ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਉਹਨਾਂ ਗਾਣਿਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿੰਨਾ ਕੁ ਮਨ ਦੁਖੀ ਹੁੰਦਾ ਹੈ ਦੇਖੋ ਗਾਣੇ ਅੱਜ ਦੇ ਵੀ ਵਧੀਆ ਲੱਗਦੇ ਨੇ ਬਹੁਤ ਗਾਣੇ ਵਧੀਆ ਵੀ ਹੁੰਦੇ ਆ ਪਰ ਮੈਂ ਤੁਹਾਨੂੰ ਦੱਸਦਾ ਵੀ ਅੱਜ ਕੱਲ ਲੋਕ ਗੀ ਮੈਨੂੰ ਇਹ ਲੱਗਦਾ ਵੀ ਗੀਤਕਾਰੀ ਦੇ ਵਿੱਚ ਜਾਂ ਗਾਇਕੀ ਚ ਅ ਕੀ ਕਹਦੇ ਆ ਵੀ ਹੰਕਾਰ ਆ ਗਿਆ ਹੂੰ ਪਹਿਲਾਂ ਤੁਸੀਂ ਗਾਉਂਦੇ ਸੀ ਯੋਧੇ ਦੀਆਂ ਬਾਰਾਂ ਵੀ ਜੱਗਾ ਜੱਟ ਕੈ ਇਦਾਂ ਦਾ ਸੀਗਾ ਭਗਤ ਸਿੰਘ ਨੇ ਇੱਕ ਦੇਸ਼ ਕੌਮ ਲਈ ਕੀ ਕੀਤਾ ਇੱਥੇ ਅੱਜ ਆਪ ਬਣਾ ਵੀ ਮੇਰੇ ਕੋਲੇ ਫਲਾਣੀ ਗੱਡੀ ਐ ਫਲਾਣਾ ਜੱਟਾ ਸਲਾ ਆ ਰੱਖਦਾ ਫਲਾਣਾ ਆ ਕਰਦਾ ਫਲਾਣਾ ਧਮਕਾ ਕਰਦਾ ਉਹ ਥੋੜਾ ਮਤਲਬ ਸੈਲਫ ਪ੍ਰੇਜ਼ ਜੀ ਦੇ ਗਾਣੇ ਗਾਉਂਦੇ ਨੇ ਹਨਾ ਉਹਦੇ ਨਾਲ ਹੁਣ ਤੁਸੀਂ ਆਪ ਦੇ ਆਪ ਨੂੰ ਕਹਿੰਦੇ ਮੈਂ ਬਹੁਤ ਘੈਂਟ ਆ ਮੈਂ ਕਿੰਨਾ ਕਿ ਜਰ ਸੁਣ ਲਊਗਾ ਹਨਾ ਦੋ ਚਾਰ ਵਾਰੀ ਸੁਣ ਲੂੰਗਾ ਹਨ ਪਰ ਜਿਹੜੇ ਜੇ ਅੱਜ ਸਦੀਕ ਸਾਹਿਬ ਦੀ ਗੱਲ ਚੱਲਦੀ ਹੈ ਮਾਨਕ ਸਾਹਿਬ ਦੀ ਗੱਲ ਚੱਲਦੀ ਹੈ ਉਹ ਉਹ ਗੀਤ ਤਾਂ ਹੀ ਅੱਜ ਉਹ ਮਤਲਬ ਉਹ ਲੋਕ ਅਮਰ ਨੇ ਕਿ ਉਹਨਾਂ ਨੇ ਲੋਕਾਂ ਦੇ ਗੀਤ ਗਾਏ ਹੈ ਤੇ ਉਹ ਉਹਨਾਂ ਚ ਰਸ ਹੈ ਅੱਜ ਦੇ ਗਾਣੇ ਚ ਰਸ ਨਹੀਂ ਹੈ ਹੂੰ ਤੇ ਉਹ ਵੀਰ ਰਸ ਗਾਉਂਦੇ ਪਰ ਆਪਣੇ ਲਈ ਗਾਉਂਦੇ ਆ ਉਹ ਕਿਸੇ ਲਈ ਨਹੀਂ ਕਿ ਜਿਹੜਾ ਵੀਰ ਰਾਸੰਦਾ ਕਿਸੇ ਦੀ ਉਪਮਾ ਹੁੰਦੀ ਹੈ ਕਿਸੇ ਯੋਧੇ ਦੀ ਉਪਮਾ ਹੁੰਦੀ ਹੈ ਕਿਸੇ ਚੰਗੇ ਇਨਸਾਨ ਦੀ ਉਪਮਾ ਹੁੰਦੀ ਹੈ ਜੇ ਆਪਣੇ ਆਪ ਨੂੰ ਮੀਆਂ ਮਿੱਠੂ ਕਹੀ ਜਾਵੇ ਉਹ ਚੰਗਾ ਲੱਗਦਾ ਕਦੇ ਉਹ ਥੋੜੀ ਜਿਹੀ ਮੈਨੂੰ ਘਟਕਦੀ ਹੈ ਅਦਰਵਾਇਜ਼ ਗਾਉਂਦੇ ਬਹੁਤ ਵਧੀਆ ਕਲਾਕਾਰ ਪਰ ਇਹ ਜੀ ਗੀਤ ਮੈਨੂੰ ਥੋੜੀ ਜਿਹੀ ਉਹ ਲੱਗਦਾ ਹੈ ਅਦਰਵਾਇਜ਼ ਬਹੁਤ ਵਧੀਆ ਜਾਂਦਾ ਇੱਕ ਸਵਾਲ ਅਸੀਂ ਜ਼ਿਆਦਾਤਰ ਸਾਰੇ ਗਾਇਕਾਂ ਨੂੰ ਪੁੱਛਦੇ ਹੁੰਦੇ ਆ ਤੁਹਾਨੂੰ ਵੀ ਪੁੱਛਾਂਗੇ ਕੀ ਮੰਨਦੇ ਹੋ ਜਿਹੜੇ ਅੱਜ ਦੇ ਗਾਣੇ ਨੇ ਨੌਜਵਾਨੀ ਦੇ ਦਿਮਾਗ ਦੇ ਉੱਪਰ ਅਸਰ ਪਾਉਂਦੇ ਨੇ ਬਿਲਕੁਲ ਅੱਜ ਕੱਲ 12 ਸਾਲ ਦੇ ਜਵਾਕ ਨੂੰ ਆ ਗਾਂ ਸੰਗੀਤ ਦਾ ਮਤਲਬ ਹੈ ਮਤਲਬ ਮਨ ਨੂੰ ਸਕੂਨ ਦੇਣਾ ਹਾਂ ਨਾ ਕਿ ਮਤਲਬ ਜ ਜਦੋਂ ਅ ਜਦੋਂ ਕਿਤੇ ਜੰਗ ਤੇ ਜਾਈਦਾ ਸੀ ਨਾ ਪਹਿਲਾਂ ਜਾਂਦੇ ਸੀਗੇ ਆਪਣੇ ਬਜ਼ੁਰਗ ਜੋ ਵੀ ਹੈ ਨਾ ਉਦੋਂ ਢਾਡੀਆਂ ਢਾਡੀਆਂ ਦੀ ਵਾਰਾਂ ਕਿਉਂ ਸੁਣਦੇ ਸੀ ਉਹ ਰਸ ਭਰ ਦਿੰਦੇ ਸੀ ਵੀ ਕਿਸੇ ਨਾਲ ਲੜਨਾ ਹੈ ਨਾ ਸੂਰਮ ਗਤੀ ਉਹਦੇ ਚ ਆ ਜਾਂਦੀ ਸੀ ਵੀ ਅੱਜ ਮਰਨ ਦੀ ਵੀ ਪਰਵਾਹ ਨਹੀਂ ਕਰਨੀ ਉਦੋਂ ਲੜਨਾ ਸੀਗਾ ਦੇਸ਼ ਕੌਮ ਦੇ ਲਈ ਹੁਣ ਕਦੇ ਲਈ ਤੁਸੀਂ ਆਪਣੇ ਲਈ ਲੜਦੇ ਹੋ ਗੱਡੀ ਚ ਮਤਲਬ ਇੱਕ ਦੂਜੇ ਦੀ ਗੱਡੀ ਵੱਜ ਗਈ ਤਾਂ ਕੋਈ ਵੀ ਬੰਦਾ ਸੌਰੀ ਨਹੀਂ ਕਰਦਾ ਉੱਥੇ ਖੜੇ ਰਹਿਣਗੇ ਉਧਰੋਂ ਉਹ ਪਿਸਟਲ ਕਰ ਲੈਂਦਾ ਉਧਰੋਂ ਮਾੜੀ ਜੀ ਗੱਲ ਪਿੱਛੇ ਘਰ ਓਝੜ ਜਾਂਦੇ ਨੇ ਸੋ ਇਹ ਨਹੀਂ ਹੋਣਾ ਚਾਹੀਦਾ ਵੀ ਲੜਨਾ ਚਾਹੀਦਾ ਪਰ ਉੱਥੇ ਲੜੋ ਜਿੱਥੇ ਤੁਹਾਡੀ ਇੱਜ਼ਤ ਦਾ ਸਵਾਲ ਹੈ ਤੁਹਾਡੇ ਪਿੰਡ ਦੀ ਦੇਖੋ ਇਹ ਬਿਲਕੁਲ ਗੱਲ ਸਹੀ ਹੈ ਇਹ ਨਿੱਕੀ ਜੀ ਉਦਾਹਰਨ ਹੁਣ ਦੇ ਸਮੇਂ ਦੇ ਵਿੱਚ ਵੀ ਆ ਆਪਾਂ ਕਿੰਨੀ ਵਾਰ ਸਿੰਘੂ ਬਾਰਡਰ ਤੇ ਗਏ ਆ ਉੱਥੇ ਜੋਸ਼ੀਲੇ ਗਾਣੇ ਲੱਗਦੇ ਆ ਜੀ ਨੌਜਵਾਨਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਜੋਸ਼ ਭਰਦਾ ਕਿਉਂਕਿ ਇਹ ਗਾਣੇ ਹੋਰ ਬਨਗੀ ਦੇ ਆ ਉਹ ਗਾਣੇ ਉੱਥੇ ਹੋਰ ਬਨਗੀ ਦੇ ਹੁੰਦੇ ਆ ਬਿਲਕੁਲ ਬਿਲਕੁਲ ਲੋਕਾਂ ਦੇ ਜਿਹੜੇ ਗੀਤ ਹੁੰਦੇ ਆ ਉਹ ਉਹ ਲੋਕ ਆਪ ਮਹਾਰੇ ਲੋਕਾਂ ਦੇ ਜ਼ੁਬਾਨ ਤੇ ਆ ਜਾਂਦੇ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਆ ਜੀ ਤੇ ਆਪਾਂ ਵੀ ਫਿਰ ਇੱਕ ਗੀਤ ਦੇ ਮੈਂ ਚਾਹੁੰਦੀ ਆ ਵੀ ਜ਼ਰੂਰ ਦੋ ਬੋਲ ਸਾਂਝੇ ਕਰਦੇ ਹਾਂ ਜੀ ਮੈਂ ਜਿਹੜਾ ਬਚਪਨ ਦੇ ਵਿੱਚ ਮਤਲਬ ਕਾਲਜ ਟਾਈਮ ਜਾਂ ਸਕੂਲ ਟਾਈਮ ਗੀਤ ਗਾਉਂਦਾ ਸੀ ਸੰਤ ਰਾਮ ਦਾਸੀ ਜੀ ਦਾ ਉਹ ਮੈਂ ਸੁਣਾਉਣ ਲੱਗਾ ਜੀ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰੇ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਕੀ ਬਾਤ ਆ ਕਮਾਲ ਇਹੋ ਜੇ ਗੀਤਾਂ ਨੂੰ ਗਾਉਣਾ ਇਹ ਹਾਰੀ ਸਾਰੀ ਦੇ ਵਸਤੂ ਦੀ ਗੱਲ ਵੀ ਨਹੀਂ ਤੇ ਹਾਰੀ ਸਾਰੀ ਨੂੰ ਗਾਉਣੇ ਵੀ ਨਹੀਂ ਚਾਹੀਦੇ ਜਿਹੜਾ ਅੰਦਰੋਂ ਸੁਵੇਦਰਸ਼ੀਲ ਹੋਵੇ ਸੰਜੀਦਾ ਹੋਵੇ ਉਹਨੂੰ ਹੀ ਗਾਉਣੇ ਚਾਹੀਦੇ ਆ ਥੈਂਕ ਯੂ ਜੀ ਇਹ ਤਾਂ ਮੋਢੇ ਤੇ ਰੱਖ ਕੇ ਗੰਨ ਕਹਵੇ ਮਗਦਾਰੀ ਵੇ ਸੂਰਜਾ ਮੈਂ ਐਂ ਮਗਾਉਂਗਾ ਹਨਾ ਫਿਰ ਇਹ ਉੱਥੇ ਵੀ ਨਹੀਂ ਤੱਗੇ ਲੱਗਦੇ ਤਾਣਾ ਸਾਹਿਬ ਕਹਿੰਦੇ ਹਾਰੀ ਸਾਰੀ ਨੂੰ ਗਾਉਣੇ ਵੀ ਨਹੀਂ ਚਾਹੀਦੇ ਬੇਨਤੀ ਹੈ ਭਈ ਹੱਥ ਜੋੜ ਕੇ ਵਾਕੀ ਸਹੀ ਗੱਲ ਹੈ ਕਿਉਂਕਿ ਕੁਛਕ ਗੀਤ ਇਹੋ ਜਿਹੇ ਹੁੰਦੇ ਨੇ ਜਿਹੜੇ ਵਾਕਈ ਕਿਸੇ ਕਿਸੇ ਨੂੰ ਸੋਹਦੇ ਨੇ ਜਿਹੜੇ ਕਿਸੇ ਦੇ ਹਿੱਸੇ ਹੀ ਆਉਂਦੇ ਨੇ ਤਾਂ ਕੁਛਕ ਦੇ ਵਿੱਚੋਂ ਤੁਹਾਡਾ ਨਾਂ ਵੀ ਇੱਕ ਹੈ ਕਿ ਤੁਸੀਂ ਚੰਗਾ ਸੰਗੀਤ ਚੰਗਾ ਗੀਤ ਚੰਗੀ ਅਦਾਕਾਰੀ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਇਧਰ ਲਈ ਵਧਾਈ ਦੇ ਪਾਤ ਕਰਦੇ ਬਾਈ ਜੀ ਹਿੰਦੀ ਫਿਲਮਾਂ ਦੇ ਵੱਲ ਵੀ ਰੁਖ ਕੀਤਾ ਹਾਂਜੀ ਮੇਰੀਆਂ ਦੋ ਤਿੰਨ ਫਿਲਮਾਂ ਆਈਆਂ ਇੱਕ ਤਾਂ ਸਭ ਤੋਂ ਪਹਿਲੀ ਦੇਵਦੀ ਕੀਤੀ ਸੀ ਅਨਵਕ ਕਸ਼ੇਪ ਜੀ ਨਾਲ ਉਹਦੇ ਵਿੱਚ ਇੱਕੋ ਹੀ ਸੀਨ ਸੀਗਾ ਮੇਰਾ ਤੇ ਉਸ ਤੋਂ ਬਾਅਦ ਗਿੱਪੀ ਜੀ ਨਾਲ ਆਇਸੀ ਸੈਕੰਡ ਹੈਂਡ ਹਸਬੰਡ ਉਹਦੇ ਚ ਸੀਗਾ ਮੇਰਾ ਕੈਰੈਕਟਰ ਵਧੀਆ ਉਸ ਤੋਂ ਬਾਅਦ ਇੱਕ ਅਕਸ਼ੇ ਕੁਮਾਰ ਜੀ ਨਾਲ ਪ੍ਰਭੂ ਦੇਵਾ ਜੀ ਦੀ ਫਿਲਮ ਸੀਗੀ ਅ ਸਿੰਗ ਇਸ ਬਲਿੰਗ ਉਹ ਇਹ ਕੀਤਾ ਤੇ ਹਿੰਦੀ ਫਿਲਮਾਂ ਦੇ ਵੱਲ ਤੁਸੀਂ ਬਹੁਤਾ ਧਿਆਨ ਕਿਉਂ ਨਹੀਂ ਕੀਤਾਗਾ ਮੌਕੇ ਨਹੀਂ ਮਿਲਦੇ ਜਾਂ ਮੌਕੇ ਕਬੂਲ ਨਹੀਂ ਕਰਦੇ ਦੇਖੋ ਜੇ ਘਰੇ ਬਾਦਸ਼ਾਹੀ ਹੈ ਤਾਂ ਮੇਰਾ ਖਿਆਲ ਹੈ ਵੀ ਬਾਹਰ ਨਹੀਂ ਠੋਕਰਾਂ ਖਾਣੀਆਂ ਚਾਹੀਦੀਆਂ ਪਾਤਰ ਸਾਹਿਬ ਕਹਿੰਦੇ ਪਿੰਡ ਜਿਨ੍ਹਾਂ ਦੇ ਗੱਡੇ ਚੱਲਣ ਹੁਕਮ ਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ ਮੈਂ ਬੱਸ ਦੀ ਸਵਾਰੀ ਨਹੀਂ ਬਣਨਾ ਚਾਹੁੰਦਾ ਹਨਾ ਤੇ ਆਪਣੀ ਇੱਥੇ ਚੌਧਰ ਬਥੇਰੀ ਹੈ ਉਧਰ ਪੇਸ਼ਕਸ਼ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਆਉਂਦੀਆਂ ਰਹਿੰਦੀਆਂ ਨੇ ਪਰ ਉਧਰੋਂ ਉਹਨੇ ਪੇਮੈਂਟ ਵੀ ਨਹੀਂ ਮਿਲਦੀ ਤੇ ਮੈਨੂੰ ਇਹ ਲੱਗਦਾ ਵੀ ਤੁਸੀਂ ਕੰਮ ਕਰਦੇ ਹੋ ਸ਼ਾਮ ਨੂੰ ਆਪਣੇ ਘਰੇ ਬੱਚਿਆਂ 'ਚ ਬੈਠੇ ਹੋ ਤਾਂ ਇਦੋਂ ਵਧੀਆ ਕੋਈ ਲਾਈਫ ਨਹੀਂ ਹੋ ਸਕਦੀ ਉਹ ਜਾਲੀ ਜੀ ਜ਼ਿੰਦਗੀ ਵੀ ਲੱਗਦੀ ਹੈ ਬਿਲਕੁਲ ਬਿਲਕੁਲ ਤੁਸੀਂ ਬੈਠੇ ਰਹੋ ਬਾਹਰ ਤੇ ਮਹੀਨਾ ਮਹੀਨਾ ਉਹਨਾਂ ਦੇ ਤਾਂ ਸਾਲ ਸਾਲ ਦੋ ਦੋ ਸਾਲ ਵੀ ਚੱਲੇ ਜਾਂਦੇ ਵੀ 5 ਦਿਨ ਹੁਣ ਦੇ ਦੋ 10 ਦਿਨ ਹੁਣ ਦੇ ਦੋ ਉਹ ਆਪਾਂ ਤੋਂ ਨਹੀਂ ਮੈਨੇਜ ਹੁੰਦੇ ਇੱਥੇ ਬਹੁਤ ਕਮ ਹੈ ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਆਪਦੇ ਘਰ ਦੇ ਵਿੱਚ ਰਹਿ ਕੇ ਤੁਹਾਨੂੰ ਬਹੁਤ ਸਕੂਨ ਹੈ ਔਰ ਸ਼ਾਮ ਨੂੰ ਕੰਮ ਕਰਕੇ ਆਪਣੇ ਬੱਚਿਆਂ 'ਚ ਜਨਨ ਤਾਂ ਇਹ ਤੋਂ ਵੱਧ ਕੁਝ ਨਹੀਂ ਦੇਖੋ ਅੱਜ ਸਾਰੇ ਇਸ ਜਿਹੜੀ ਇਹ ਜਾਲੀ ਜੀ ਜ਼ਿੰਦਗੀਆਂ ਉਹਨੂੰ ਜਿਉਣਾ ਚਾਹੁੰਦੇ ਨੇ ਹਰ ਕੋਈ ਭੱਜ ਦੌੜ ਦੇ ਵਿੱਚ ਲੱਗਿਆ ਹੋਇਆ ਹੈ ਪਰ ਅਸਲ ਦੇ ਵਿੱਚ ਸੰਤੁਸ਼ਟ ਵਿਅਕਤੀ ਉਹੀ ਹੈ ਜਿਹੜਾ ਥੋੜੇ ਚ ਵੀ ਕਹੇ ਵਾ ਵਾ ਬਹੁਤ ਹੋ ਗਿਆ ਹੈ ਨਾ ਇਹ ਦੇਖੋ ਆਪਾਂ ਜਦੋਂ 50 ਰੁਪਏ ਹੁੰਦੇ ਸੀ ਜੇਬ 'ਚ ਉਦੋਂ ਵੀ ਬਾਦਸ਼ਾਹ ਸੀ ਤੇ ਅੱਜ ਰੱਬ ਨੇ ਬਥੇਰੇ ਦਿੱਤੇ ਅੱਜ ਵੀ ਬਾਦਸ਼ਾਹੀਆਂ ਤੇ ਕੋਈ ਮਤਲਬ ਫਰਕ ਨਹੀਂ ਹੈਗਾ ਤੇ ਉਹੀ ਗੱਲ ਆ ਵੀ ਬੰਦੇ ਨੂੰ ਬੰਦਾ ਹੀ ਰਹਿਣਾ ਚਾਹੀਦਾ ਕੁਝ ਨਹੀਂ ਬਦਲਦਾ ਸੱਚੋ ਸੱਚੀ ਦੱਸਿਓ ਵੀ ਜਦੋਂ ਉਹ ਵੇਲਾ ਸੀ ਜਦੋਂ 50 ਰੁਪਏ ਵੀ ਨਹੀਂ ਸੀ ਹੁੰਦੇ ਜਦੋਂ ਤੁਰ ਕੇ ਕਿਤੇ ਜਾਣਾ ਬੱਸਾਂ ਦੇ ਵਿੱਚ ਜਾਣਾ ਇਹ ਕਾਜਾ ਵੇਲਾ ਹੈ ਕਿ ਜਿਹੜੀ ਚੀਜ਼ ਚਾਹਨੇ ਹੋ ਪਰਮਾਤਮਾ ਦੀ ਕਿਰਪਾ ਨਾਲ ਉਹ ਲੈ ਸਕਦੇ ਹੋ ਹੈਨਾ ਅਸਲ ਦੇ ਵਿੱਚ ਜ਼ਿੰਦਗੀ ਜਿਉਣ ਦਾ ਮਜ਼ਾ ਕਿਹੜੇ ਵੇਲੇ ਦੇ ਵਿੱਚ ਸੁਆਦ ਮੈਂ ਦੇਖੋ ਸੁਆਦ ਉਦੋਂ ਚਾਹੇ ਪੈਸੇ ਨਹੀਂ ਸੀ ਕਿ ਪਰ ਸੁਆਦ ਵੱਧ ਸੀਗਾ ਹੂੰ ਕਿਉਂਕਿ ਟਾਈਮ ਬਹੁਤ ਹੁੰਦਾ ਸੀਗਾ ਹਰ ਦੋਸਤਾਂ ਮਿੱਤਰਾਂ ਚ ਮਾਂ ਪਿਓ ਦੇ ਨਾਲ ਖੁੱਲਾ ਟਾਈਮ ਹੈਨਾ ਤੇ ਅੱਜ ਸਭ ਕੁਝ ਹੈ ਪਰ ਅੱਜ ਉਹਨਾਂ ਚਾਹ ਨਹੀਂ ਚੜਦਾ ਕਿਸੇ ਵੀ ਚੀਜ਼ ਦਾ ਵਾਹ ਜਦੋਂ ਉਦੋਂ ਚੜ ਮਤਲਬ ਚੜਦਾ ਸੀਗਾ ਕੋਈ ਛੋਟੀ ਜੀ ਵੀ ਜਦੋਂ ਕੰਪੀਟੀਸ਼ਨ ਤੇ ਜਾਂਦੇ ਸੀਗੇ ਇੱਕ ਟਰੋਫੀ ਦੇਖ ਕੇ ਐਂ ਲੱਗਦਾ ਸੀ ਵੀ ਜੇ ਇਹ ਮਿਲ ਜਾ ਦੁਨੀਆ ਦੀ ਸਾਰੀ ਤੰਦੌਲਤ ਮੇਰੇ ਕੋਲ ਜਾਈ ਤੇ ਅੱਜ ਉਹ ਸਭ ਕੁਝ ਲੈ ਸਕਦੇ ਆ ਪਰ ਮੈਨੂੰ ਇਹ ਵੀ ਹੁੰਦਾ ਸੀ ਮੈਂ ਕਦੇ ਆਪਣੇ ਲਈ ਨਹੀਂ ਮੈਨੂੰ ਐ ਹੁੰਦਾ ਸੀ ਵੀ ਜੇ ਮੈਂ ਪੈਸੇ ਦੀ ਦੌੜ 'ਚ ਵੀ ਰਹਾ ਤਾਂ ਮੈਨੂੰ ਇਹ ਸੀ ਮੈਂ ਆਪਣੇ ਮਾਪਿਆਂ ਨੂੰ ਮਤਲਬ ਵੀ ਸੁਖੀ ਦਿਖਾ ਜਾ ਕਿਵੇਂ ਵੀ ਉਹ ਉਹ ਕਹਿੰਦੇ ਆ ਵੀ ਬੰਦਾ ਜਾਂਦਾ ਗਰੀਬ ਹੈ ਤਾਂ ਉਹਦੇ ਬਸ ਦੀ ਗੱਲ ਨਹੀਂ ਹੁੰਦੀ ਜੇ ਮਰਦਾ ਗਰੀਬ ਹੈ ਤਾਂ ਤੁਹਾਡੇ ਹੱਥ ਚੰਦੀ ਆ ਹੂੰ ਬੰਦੇ ਨੂੰ ਮਰਨਾ ਗਰੀਬ ਨਹੀਂ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਮਰਦ ਦਮ ਤੱਕ ਮਿਹਨਤ ਕਰਨੀ ਚਾਹੀਦੀ ਹੈ ਰੱਬ ਜ਼ਰੂਰ ਸੁਣਦਾ ਤੁਹਾਡੀ ਸੱਚੀ ਲਗਨ ਮਿਹਨਤ ਤੇ ਇਮਾਨਦਾਰੀ ਦੇ ਨਾਲ ਚੱਲਣਾ ਚਾਹੀਦਾ ਤੇ ਭਾਈ ਜੀ ਕਿਹੜੀਆਂ ਕਿਹੜੀਆਂ ਹੋਰ ਫਿਲਮਾਂ ਕਤਾਰ ਦੇ ਵਿੱਚ ਆ ਫਿਲਮਾਂ ਭਾਜੀ ਹੁਣ ਤਾਂ ਐ ਹੋਇਆ ਪਿਆ ਵੀ ਇੰਨਾ ਬਦਲਾਅ ਰੱਖਿਆ ਵੀ ਯਾਦ ਹੀ ਨਹੀਂ ਵੈਸੇ ਦੋ ਫਿਲਮਾਂ ਹੁਣ ਫਲੋਰ ਤੇ ਜਿਹੜੀਆਂ ਚੱਲ ਰਹੀਆਂ ਨੇ ਇੱਕ ਤਾਂ ਗਿੱਪੀ ਗਰੇਵਾਲ ਜੀ ਦੀ ਹੈ ਸ਼ਾਵਾਂ ਨੀਗਰਧਾਰੀ ਲਾਗ ਦੂਜੀ ਅੰਬਰਦੀਪ ਦੀ ਹੈ ਮਲੋੜ ਚੱਲ ਰਹੀ ਹੈ ਉਹ ਆਪਣਾ ਜ ਤੇ ਦੂਜੀਆਂ ਇੱਕ ਆਪਣਾ ਹਰਪੰਜਨ ਮਾਨ ਜੀ ਦੀ ਆਉਣ ਵਾਲੀ ਹੈ ਪੀਆਰ ਤੇ ਇੱਕ ਨੀਮਸਾਸ ਕੁੱਟਣੀ ਤੇ ਪੰਜ ਸੱਤ ਹੋਰ ਨੇ ਉਹ ਯਾਦ ਵੀ ਨਹੀਂ ਹੈਗੀਆਂ ਭਾਜੀ ਭੁੱਲੀ ਗਏ ਹੁਣ ਤਾਂ ਤੇ ਤੁਹਾਨੂੰ یوں ਨਹੀਂ ਲੱਗਦਾ ਵੀ ਜਿਹੜੀਆਂ ਪਿਛਲੇ ਸਵਾ ਸਾਲ ਤੋਂ ਰਿਲੀਜ਼ ਨਹੀਂ ਹੋਈਆਂ ਉਧਰੋਂ ਨਵੀਆਂ ਬਣੀ ਜਾਂਦੀਆਂ ਕਿ ਪੰਜਾਬੀ ਨਾਲ ਪੰਜਾਬੀ ਫਿਲਮ ਭੜੂਗੀ ਬਿਲਕੁਲ ਭੜਨੀ ਹੈ ਭਾਜੀ ਕਿਉਂਕਿ ਇੰਨੀਆਂ ਇਕੱਠੀਆਂ ਹੋਈਆਂ ਪਈਆਂ ਜਦੋਂ ਪਿਛਲੇ ਸਾਲ ਜਦੋਂ ਰਿਲੀਜ਼ ਕਰਨੀ ਸੀ ਉਦੋਂ ਹੀ ਦੋ ਦੋ ਫਿਲਮਾਂ ਸੀਗੀਆਂ ਹੁਣ ਤਾਂ ਤਿੰਨ ਤਿੰਨ ਹੋ ਗਈਆਂ ਹਾਂ ਤੇ ਆਪਸ ਦੇ ਵਿੱਚ ਬਹੁਤ ਮਤਲਬ ਬਹੁਤ ਜ਼ਿਆਦਾ ਟਕਰਾ ਹੋਊਗਾ ਫਿਲਮਾਂ ਦਾ ਪਰ ਬਹੁਤ ਜ਼ਿਆਦਾ ਲਾਸ ਦੀ ਗੱਲ ਹੈ ਜੀ ਤੇ ਹੋਰ ਗੀਤ ਕਿਹੜੇ ਕਿਹੜੇ ਕਤਾਰ ਦੇ ਵਿੱਚ ਗੀਤ ਹੁਣ ਕਰ ਰਹੇ ਹਾਂ ਜੀ ਤਿਆਰੀ ਮੈਨੂੰ ਇਹ ਵੀ ਵੀ ਮੈਂ ਕੁਝ ਇਨਕਲਾਬੀ ਗੀਤ ਵੀ ਗਾਵਾਂ ਸੰਤਰਾ ਮਦასი ਜੀ ਦੇ ਜੀ ਤੇ ਕਿਉਂਕਿ ਇੱਕ ਹੁਣ ਉਧਰਲੇ ਪਾਸੇ ਤਾਂ ਸੰਤੋਸ਼ਟੀ ਹੈ ਸਾਰੇ ਪਾਸੇ ਵੀ ਹੁਣ ਆਇਆ ਵੀ ਕੋਈ ਚੰਗੇ ਕੰਮ ਵੀ ਕਰ ਲੀਏ ਹਨਾ ਪਹਿਲਾਂ ਤਾਂ ਇਹ ਸੀਗਾ ਕਿ ਆਪਣੇ ਆਪਣੇ ਵਸ ਨਹੀਂ ਹੁੰਦਾ ਸੀਗਾ ਕਿ ਇੰਨਾ ਫਾਈਨਾਂਸ ਨਹੀਂ ਹੁੰਦਾ ਸੀਗਾ ਵੀ ਕੋਈ ਗੀਤ ਵੀ ਰਿਕਾਰਡ ਕਰ ਸਕੀਏ ਹੁਣ ਤਾਂ ਇੰਨਾ ਜੋਗਾ ਕਰਤਾ ਰੱਬ ਨੇ ਮੇਰੀ ਵੀ ਕੋਸ਼ਿਸ਼ ਇਹ ਹੈ ਵੀ ਮੈਂ ਇਹ ਜੀ ਗੀਤ ਕਰਾਂ ਨੀ ਬਹੁਤ ਖੂਬ ਤੇ ਟਾਣਾ ਸਾਹਿਬ ਆਪਣਾ ਪਸੰਦੀਦਾ ਸਵਾਲ ਪੁੱਛ ਲਓ ਸਮਾ ਜਿਹੜਾ ਹੈ ਤੁਹਾਡੇ ਹਿੱਸੇ ਤੁਹਾਨੂੰ ਚਾਜਦਾ ਵਿਚਾਰ ਚਾਕੇ ਕਿਵੇਂ ਦਾ ਲੱਗਿਆ ਦੇਖੋ ਜੀ ਸੈਣੇ ਕਹਿੰਦਾ ਵੀ ਕੋਈ ਚੱਜ ਦਾ ਕੰਮ ਕਰ ਲਿਆ ਕਰ ਜੇ ਹੁਣ ਚੱਜ ਦੇ ਵਿਚਾਰ ਚਾ ਆ ਤਾਂ ਕਿਹਨੂੰ ਨਹੀਂ ਵਧੀਆ ਲੱਗੂ ਹੈਨਾ ਔਰ ਮਾਸਾ ਮਾਸਾ ਦਾ ਚੱਜ ਦਾ ਵਿਚਾਰ ਮਿਲਿਆ ਬਹੁਤ ਬਹੁਤ ਸ਼ੁਕਰੀਆ ਜੀ ਸੋ ਟਾਣਾ ਸਾਹਿਬ ਸਮਝ ਜੜਾ ਹੁਣ ਇਜਾਜ਼ਤ ਨਹੀਂ ਦੇ ਰਿਹਾ ਤੇ ਆਪਾਂ ਨੂੰ ਹੁਣੇ ਪ੍ਰੋਗਰਾਮ ਇੱਥੇ ਹੀ ਸਮੇਟਣਾ ਪੈਗਾ ਸੋ ਹੁਣ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਫਿਰ ਆਪਾਂ ਵਿਚਾਰਾਂ ਦੀ ਸਾਂਝ ਜੀ ਮੈਂ ਟਾਣਾ ਸਾਹਿਬ ਬਾਰੇ ਗੱਲ ਕਰਨਾ ਚਾਹੁੰਗਾ ਕਿ ਇਹ ਬੜੇ ਵਧੀਆ ਪੰਜਾਬੀ ਦੇ ਸ਼ਬਦ ਲਿਆਉਂਦੇ ਆ ਵੀ ਇਸ ਬਾਬਤ ਕੀ ਗੱਲ ਕਰੂੰਗੀ ਤੁਸੀਂ ਇਹ ਜਿਹੇ ਸ਼ਬਦ ਬੱਤ ਵੱਤ ਯੂਜ਼ ਕਰਿਆ ਕਰੋ ਔਰ ਬਹੁਤ ਚੰਗਾ ਲੱਗਦਾ ਜਦੋਂ ਕੋਈ ਜਿਹੜੇ ਪੁਰਾਣੇ ਸ਼ਬਦ ਹੈ ਉਹ ਜਿਉਂਦੇ ਰਹਿਣ ਤੁਹਾਡੇ ذریعے ਜਿਉਂਦੇ ਰਹਿਣਗੇ ਮੈਂ ਵੀ ਕੋਸ਼ਿਸ਼ ਕਰਦਾ ਫਿਲਮਾਂ ਦੇ ਵਿੱਚ ਵੀ ਇਹ ਸ਼ਬਦ ਆਉਣ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਯਾਦ ਰੱਖਣ ਬਹੁਤ ਬਹੁਤ ਤੁਸੀਂ ਵਧਾਈ ਦੇ ਪਾਤਰੋਂ ਬਹੁਤ ਪੰਜਾਬੀ ਬਾਕੋਬੀ ਤੁਸੀਂ ਤੇਰਾ ਸਾਹਿਬ ਜਿਵੇਂ ਇੱਕ ਕੱਬਾ ਜੀਜਾ ਆਇਆ ਸੀ ਨਾ ਫਿਲਮ ਦੇ ਵਿੱਚ ਹੋ ਸਕਦਾ ਹੈ ਤੁਹਾਡੇ ਨਾਲ ਮਿਲਦਾ ਜੁਲਦਾ ਕੋਈ ਕਿਰਦਾਰ ਵੀ ਆ ਜਾਵੇ ਅੱਜ ਅੱਛਾ ਅੱਧੀਆ ਸੋ ਕੇ ਤਲਾਸ਼ ਲਈ ਅਸੀਂ ਇਜਾਜ਼ਤ ਚਾਹੁੰਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਆ ਜੀ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਓ ਤਿੰਨਾਂ ਦੇ ਇਜਾਜ਼ਤ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਅਰ ਸ਼ਾ ਟੀਵੀ ਤੁਹਾਡਾ ਤੁਹਾਡਾ ਤੁਹਾਡੇ ਲਈ ਆਦੀ ਹਾਜ਼ਰ ਚੰਚੀ ਦਾ ਵਿਚਾਰ